ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਨੋਂ ਪਿਆਰ ਭਰੀ ਸਸਰੀ ਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਆਂ ਅੱਜ ਬਹੁਤ ਹੀ ਸਪੈਸ਼ਲ ਦਿਹਾੜਾ ਹੈ ਤੇ ਉਹਦੇ ਕਰਕੇ ਪ੍ਰੋਗਰਾਮ ਵੀ ਸਾਡਾ ਬਹੁਤ ਸਪੈਸ਼ਲ ਤੁਹਾਡੇ ਲਈ ਪੇਸ਼ ਕਰੇ ਇੱਕ ਬਹੁਤ ਮਾਨ ਦਾ ਅੱਜ ਦਿਨ ਆਪਾਂ ਮਨਾ ਰਹੇ ਆਂ ਬਟ ਇਹ ਸਾਡੇ ਇਤਿਹਾਸ ਕਰਕੇ ਨਹੀਂ ਆਪਾਂ ਮਨਾ ਰਹੇ ਅੱਜ ਦਾ ਦਿਨ ਇੱਕ ਫੋਰਨ ਸਰਕਾਰ ਉਹਨਾਂ ਦੇ ਇਤਿਹਾਸ ਕਰਕੇ ਸਾਡੀ ਕਮਿਊਨਿਟੀ ਨੂੰ ਰੈਕਗਨਾਈਜ਼ ਕਰਕੇ ਇਸ ਕਰਕੇ ਆਪਾਂ ਮਨਾ ਰਹੇ ਆ ਜੁਲਾਈ 1 ਦਾ ਦਿਨ ਗਵਰਨਮੈਂਟ ਆਫ ਬ੍ਰਿਟਿਸ਼ ਕੋਲੰਬੀਆ ਜੋ ਕੈਨੇਡਾ ਦੇ ਵਿੱਚ ਪ੍ਰੋਵਿੰਸ ਪੈਂਦੀ ਹੈ ਉਹਨਾਂ ਨੇ ਡਿਕਲੇਅਰ ਕਰਤਾ ਹੈ ਕਿ ਜੁਲਾਈ 1 ਦਾ ਦਿਹਾੜਾ ਸੰਤ ਤੇਜਾ ਸਿੰਘ ਡੇ ਰੈਕਗਨਾਈਜ਼ ਕੀਤਾ ਜਾਊਗਾ ਉਹਨਾਂ ਨੇ ਇਹ ਇਸ ਕਰਕੇ ਡਿਕਲੇਅਰ ਕੀਤਾ ਹੈ बिकॉज ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ ਕਿ ਸੰਤ ਤੇਜਾ ਸਿੰਘ ਜੀ ਦੀ ਕਿੰਨੀ ਕ ਕੰਟ੍ਰਿਬਿਊਸ਼ਨ ਤੇ ਜੋ ਸਿੱਖ ਰਹਿ ਰਹੇ ਹੈ ਕੈਨੇਡਾ ਦੇ ਵਿੱਚ ਉਹਨਾਂ ਉਹਨਾਂ ਦੀ ਕਿੰਨੀ ਕ ਕੰਟ੍ਰਿਬਿਊਸ਼ਨ ਰਹੀ ਹੈ ਬ੍ਰਿਟਿਸ਼ ਕੋਲੰਬੀਆ ਤੇ ਕੈਨੇਡਾ ਪੂਰੇ ਮੁਲਕ ਦੀ ਗ੍ਰੋਥ ਦੇ ਵਿੱਚ Integral part of their fabric and their community. Isna described kitta. Once again, Sant Teja Singh Ji di jo din pametusi sadi zadi movement de which ਐਜੂਕੇਸ਼ਨ ਦਾ ਸਟੈਂਡਰਡ ਜੋ ਇੰਡੀਆ ਦੇ ਵਿੱਚ ਰੇਜ਼ ਹੋਇਆ ਹੈ ਉਹਦੇ ਕਰਕੇ ਕਹਿ ਲੋ ਜੋ ਇੱਕ ਚੈਰੀਟੇਬਲ ਨਾਨ ਪ੍ਰੋਫਿਟ ਸੰਸਥਾਵਾਂ ਵੱਲੋਂ ਅੱਜ ਵੀ ਸੇਵਾ ਹੋ ਰਹੀ ਹੈ ਜਿਨ੍ਹਾਂ ਨੂੰ ਤੁਸੀਂ ਬੜੂ ਸਾਹਿਬ ਕਲਗੀ ਦਾ ਟਰਸਟ ਦੇ ਨਾਮ ਦੇ ਨਾਲ ਜਾਣਦੇ ਹੋ ਉਹਨਾਂ ਦੀ ਫਾਊਂਡੇਸ਼ਨ ਦੇ ਵਿੱਚ ਲੈ ਲੋ ਇਹ ਸਾਰੀ ਚੀਜ਼ਾਂ ਸੰਤ ਤੇਜਾ ਸਿੰਘ ਆਮ ਦੇ ਦੇਨ ਦੇ ਵਿੱਚ ਆਂਦੀਆਂ ਸੋ ਇਹ ਚੀਜ਼ ਅੱਜ ਅਸੀਂ ਵੀ ਰੈਕਗਨਾਈਜ਼ ਕਰਦੇ ਆ ਆਮ ਸਾਨੂੰ ਇੱਕ ਵਾਰੀ ਫਿਰ ਇਨਾ ਗਰਵ ਮਹਿਸੂਸ ਹੋ ਰਿਹਾ ਮੈਨੂੰ ਆਪ ਨੂੰ ਇਨਾ ਪ੍ਰਾਊਡ ਮਹਿਸੂਸ ਹੋ ਰਿਹਾ ਕਿ ਮੈਂ ਇਹ ਪ੍ਰੋਗਰਾਮ ਤਰਨਾਲਾ ਜੁ ਪੇਸ਼ ਕਰਨੀ ਹੈ ਸੰਤ ਤੇਜਾ ਸਿੰਘ ਜੀ ਦੇ ਨੂੰ ਆਪਾਂ ਮਨਾ ਰਹੇ ਹਾਂ ਜਿਸ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਨੇ ਕੈਨੇਡਾ ਦੇ ਵਿੱਚ ਡਿਕਲੇਅਰ ਕਰਤਾ ਹੈ ਅਮ ਸੋ ਆਫ ਕੌਰਸ ਯੂ ਨੋ ਅਜਮਤ ਔਰਡੀਨਲ ਇਸ ਮੁੱਦੇ ਤੇ ਥੋੜੀ ਜੀ ਇਤਿਹਾਸਿਕ ਤੌਰ ਤੇ ਡਿਸਕਸ਼ਨ ਕਰਨਾ ਚਾਹੁੰਦੀ ਹਾਂ ਬਿਕੋਜ਼ ਸੰਤ ਤੇਜਾ ਸਿੰਘ ਜੀ ਦਾ ਨਾਂ ਤੇ ਜਰੂਰ ਹਰ ਇੱਕ ਕੋਈ ਸਿੱਖ ਜਾਣਦਾ ਹੋਵੇਗਾ ਬਟ ਉਹ ਜੋ ਹਿਸਟਰੀ ਉਹਨਾਂ ਨੇ ਬਣਾਈ ਸੀ ਉਹ ਵੀ 100 ਤੋਂ ਵੱਧ ਸਾਲ ਪਹਿਲੇ अर्ली 1900ਸ ਦੇ ਵਿੱਚ ਹਿ ਹੀ ਵਾਸ ਨੋਨ ਐਸ ਦੀ ਸਿੱਖ ਐਮਬੈਸਡਰ to the western world santejasingh ji jadon cambridge university uk ponche us to baad jadon harvard university ponche the united states de vich oh pehle sikh the star de naal students sige jinna ne pehli wari the star paake ek sikh identity nu map te paya oh bhi inni world renowned institutions de vich educational institutions de vich um us to baad kis tarah unna ne kuch mai kawangi foundational ਚੀਜ਼ਾਂ ਕੀਤੀਆਂ ਆਮ ਨਾ ਕਿ ਸਿਰਫ ਸਿੱਖਾਂ ਨੂੰ ਬਚਾਨ ਲਈ ਕੁਝ ਕੇਸਿਸ ਦੇ ਵਿੱਚ ਬਟ ਉਹਨਾਂ ਨੂੰ ਅੱਗੇ ਲੈ ਕੇ ਆਉਣ ਲਈ abroad دے ملکاں دے وچ ان ساری چیزاں دی گل کران گے بٹ اف کورس جتے ਇਤਿਹਾਸ دی گل ਆਂਦੀ ਹੈ um you know it only it makes sense اگر ਸਾਡੇ ਨਾਲ ਕੋਈ ਸਿੱਖ ਹਿਸਟੋਰੀਅਨ ਜੁੜ ਕੇ ਸਾਨੂੰ ਇਸ ਮੁੱਦੇ ਤੇ ਥੋੜੀ ਜੀ ਜਾਣਕਾਰੀ ਐਂ ਆਪਣੀ ਐਕਸਪਰਟ ਇਨਸਾਈਟਸ ਸਾਡੇ ਨਾਲ ਸ਼ੇਅਰ ਕਰਨ um ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਦੇ ਗੈਸਟ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਮੈਂ ਤੁਹਾਨੂੰ um you know ਉਹਨਾਂ ਨੂੰ ਬੁਲਾਉਣ ਦੇ ਬੁਲਾਉਣ ਤੋਂ ਪਹਿਲੇ ਇਹ ਦੱਸਣਾ ਚਾਹੁੰਦੀ ਆਂ ਏ ਜੋ ਸਾਡੇ ਅੱਜ ਸ਼ਾਮ ਦੇ ਗੈਸਟ ਹੈ ਇਹਨਾਂ ਨੂੰ ਤੁਸੀਂ ਮੈਂ ਆਪ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਇੱਕ ਐਨਸਾਈਕਲੋਪੀਡੀਆ ਦੇ ਤੌਰ ਤੇ ਲੈ ਸਕਦੇ ਹੋ ਇਹਨਾਂ ਨੂੰ ਮੜਾ ਜਾ ਪੁੱਛੋ ਕਿਸੇ ਵੀ ਇਨਸੀਡੈਂਟ ਬਾਰੇ ਜੋ ਸਾਡੇ ਸਿੱਕੇ ਇਤਿਹਾਸ ਦੇ ਵਿੱਚ ਹੋਇਆ ਬਸ ਉਸ ਤੋਂ ਬਾਅਦ ਛੱਡ ਦਿਓ ਤੁਹਾਨੂੰ ਪੂਰੀ ਡੀਟੇ ਜਾਣਕਾਰੀ ਇਹਨਾਂ ਨੇ ਪ੍ਰੋਵਾਈਡ ਕਰ ਦੇਣੀ ਹੈ ਸੋ ਆਮ ਸੋ ਗਲੈਡ ਕਿ ਅੱਜ ਜਦੋਂ ਆਪ ਅਸੰਤ ਤੇਜੈ ਸਿੰਘ ਜੀ ਦਾ ਦਿਨ ਮਨਾ ਰਹੇ ਹਾਂ um ke sade guests sadde naal jud sakde hai so without any further do please join me in welcoming asanu california to join kar rahe hai dr sukhmander singh ji dr saab toda program de vich swagat sat sri akal sat sri akal ji sare nu Uh, dr. Ji mm Ki Khalsa, -hmm. Vaheguru Ji Ki Dr. Sukmandar Singh Ji, Tusi um, currently a uh, professor, Engineering School, Santa Clara University, which Hege, you're also the Associate Dean of the school, and most importantly, jo aaj di gal, mai kawangi, nu hor bhi pate dindi hai, hor relevance dindi hai, you were a visiting faculty at Cambridge, Tusi Cambridge University de vich bhi, uh, professor di toharte rea chukke and even today. ਵੇਰੀ ਆਈ ਮੀਨ ਮੈਂ ਆਪ ਵਿਜ਼ਿਟ ਕਰਕੇ ਵੇਖਿਆ ਤੁਹਾਡਾ ਸਕੇਡਿਊਲ ਕਿੰਨਾ ਪੈਕਡ ਹੈ ਵਿਦ ਯੂਰ ਸਟੂਡੈਂਟਸ ਜਿਨ੍ਹਾਂ ਨੂੰ ਤੁਸੀਂ ਇੰਨੇ ਸਾਲਾਂ ਤੋਂ ਯੂ نو ਪੜ੍ਹਾ ਰਹੇ ਹੋ ਇੰਜੀਨੀਅਰਿੰਗ ਦੇ ਵਿੱਚ ਸਿਵਲ ਇੰਜੀਨੀਅਰਿੰਗ ਦੇ ਵਿੱਚ ਥੈਂਕ ਯੂ ਸੋ ਮਚ ਡਾਕਟਰ ਸਾਹਿਬ ਅੱਜ ਲੇਕਿਨ ਸਾਡੀ ਗੱਲ ਜੋ ਤੁਹਾਡੀ ਡੇ ਜੌਬ ਹੈਗੀ ਸਿਵਲ ਇੰਜੀਨੀਅਰਿੰਗ ਦੀ ਉਸ ਤੋਂ ਹਟ ਕੇ ਹੈਗੀ ਬਿਕੋਜ਼ ਤੁਹਾਡੀ ਪੈਸ਼ਨ ਸਾਈਡ ਤੇ ਇਸ ਸਿਕ ਹਿਸਟਰੀ ਤੁਸੀਂ ਨਾ ਕਿ ਇਸ ਟਾਪਿਕ ਬਾਰੇ ਪੂਰੀ ਇਨ ਡੈਪਥ ਜਾਣਕਾਰੀ ਰੱਖਦੇ ਹੋ ਪਰ ਤੁਸੀਂ ਇੱਕ ਇੱਕ ਚੀਜ਼ ਕਲੈਕਟ ਕੀਤੀ ਹੋਈ ਹੈ ਜਾਂ ਉਹਨੂੰ ਯੂ ਨੋ ਫਾਈਂਡ ਕਰਕੇ ਉਹਨਾਂ ਦੀ ਕਾਪੀਜ਼ ਇਹ ਜੋ ਹਿਸਟੋਰੀਕਲ ਰੈਕੋਰਡਸ ਹਨ ਉਹ ਤੁਹਾਡੇ ਕੋਲ ਹੈਗੇ ਬਿਕਾਜ਼ ਐਜ਼ ਅ ਰਿਸਰਚਰ ਤੁਸੀਂ ਸਿਰਫ ਸਿਰਫ ਫੈਕਟ ਬੇਸਡ ਗੱਲ ਕਰਦੇ ਹੋ ਐਂਡ ਦੈਟਸ ਵਾਈ ਆਮ ਸੋ ਗਲੈਡ ਕਿ ਅੱਜ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਕੇ ਸਾਨੂੰ ਸੰਤੇਜਾ ਸਿੰਘ ਜੀ ਦੇ ਬਾਰੇ ਥੋੜੀ ਜੀ ਬੈਕਗ੍ਰਾਉਂਡ ਤੇ ਡਿਟੇਲਡ ਹਿਸਟਰੀ ਦੇ ਬਾਰੇ ਜਾਣਕਾਰੀ ਪ੍ਰੋਵਾਈਡ ਕਰਨੀ ਹੈ ਸਭ ਤੋਂ ਪਹਿਲੇ ਡਾਕਟਰ ਸੁਖਮੰਦਰ ਸਿੰਘ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ I want to start with Sant Tej Singh ji um the jo uh, abroad ਵਿੱਚ ਐਂਟਰੀ ਹੋਈ ਰਾਈਟ um because this was early 1900s ਇਹ ਕੋਈ ਕਾਮਨ ਚੀਜ਼ ਨਹੀਂ ਸੀਗੀ um ਕਿ ਇੱਕ ਦਸਤਾਰ ਦੇ ਵਿੱਚ ਸਿੱਖ ਇੰਡੀਵਿਜੂਅਲ ਕੈਂਬਰਿਜ ਯੂਨੀਵਰਸਿਟੀ ਪਹੁੰਚ ਕੇ ਪੜ੍ਹਾਈ ਲਈ ਉੱਥੇ ਇਨਰੋਲ ਹੋਇਆ ਹੈ ਹਾਊ ਡਿਡ ਇਟ ਆਲ ਸਟਾਰਟ ਜੀ ਸੰਤ ਤੇਜਾ ਸਿੰਘ ਹੋ ਰਹੇ ਹਨ ਦੀ ਹਿਸਟਰੀ ਬੜੀ ਕਮਾਲ ਦੀ ਹੈ ਕਿ 19 ਸਾਲ ਦੇ ਵਿੱਚ ਬੀਏ ਕੀਤੀ ਜੀ ਤੇ ਐਮਐਲਐਲ ਵੀ ਕਰਕੇ ਤੇ 27 ਸਾਲ ਦੇ ਯੰਗ ਉਮਰ ਸੀ ਕਿ ਜਦੋਂ ਉਹ ਵਾਈਸ ਪ੍ਰਿੰਸੀਪਲ ਕਾਰਸਾ ਕਾਲਜ ਅਮਰਸ਼ਦੀ ਬਣ ਗਏ ਵਾਓ ਔਰ ਇਨੇ ਕਮਾਲ ਦੇ ਅਗਰੈਸਿਵ ਔਰ ਨੋਲੇਜ ਅਬਲ ਸੰ ਸੀ ਥਾਰੋਲੀ ਮਟੀਰੀਅਲਿਸਟਿਕ non believer non religious ਕੁਝ ਸਾਲਾਂ ਦੇ ਵਿੱਚ ਇਹਨਾਂ ਟੂ ইਅਰਸ ਖਰਸਕਾਲ ਚੋਂ ਅਨਦਰ ਸੰਪਰਕ ਸੰਤ ਅਦਰ ਸਿੰਘ ਨਾਲ ਜੀ ਉਹਦੇ ਨਾਲ ਐਸੇ ਪ੍ਰਫਾਉਂਡ ਸਪਿਰਚੁਅਲ ਟ੍ਰਾਂਸਫਰਮੇਸ਼ਨ ਹੋਈ ਕਿ ਗੁਰਸਿੱਖੀਔਰ ਸਿੱਖੀ ਦੇ ਵਿੱਚ ਬਿਲਕੁਲ ਅੰਦਰੋਂ ਬਾਰ ਪਿੱਜ ਗਿਆ ਜੀ ਔਰ ਕਾਬਲ ਬੜੇ ਸੰਤ ਅਦਰ ਸਿੰਘ ਦੀ ਵਿਜਨ ਦੇਖੋ ਉਹਨਾਂ ਦੇ ਨਾਲ ਚ ਉਹਨਾਂ ਨੇ ਦੇਖਿਆ ਵੀ ਐਡਾ ਕਾਬਲ ਬੱਚਾ ਹੈ ਤੇ ਐਡਾ ਸਾਨੂੰ ਚਾਹੀਦਾ ਹੈ ਕਿ ਅਗਾ ਸਟੱਡੀ ਦੇ ਵਿੱਚ ਇਹਨਾਂ ਨੂੰ ਵਧਾਇਆ ਜਾਵੇ ਔਰ ਬਾਗ ਗੁਰਦਾਰੇ ਵੀ ਬਣਾਇਆ ਜਾ। ਇਹਨਾਂ ਨੂੰ ਦੋ ਮਿਸ਼ਨ ਦਿੱਤੀਆਂ ਜੀ ਇੱਕ ਤਾਂ ਪੜ੍ਹਨ ਲਈ ਭੇਜਿਆ ਵੀ ਪੜੋ ਔਰ ਬਾਗ ਜਿੱਥੇ ਕਿ ਸਿੱਖਣੇ ਗੁਰਦਾਰੇ ਬਣਾ। ਇਹਨਾਂ ਨਾਲ ਤਿੰਨ ਬੰਦੇ ਹੋਰ ਲਾਏ ਤੇ ਇਹ 1906 ਦੇ ਵਿੱਚ ਲੰਡਨ ਆ ਗਏ। ਵਾਓ ਇਨਾ ਨੇ ਦੇਖੋ ਸਿੱਧਾ ਹੀ ਜਾ ਕੇ ਲੰਡਨ ਯੂਨੀਵਰਸਿਟੀ ਚ ਡਾਕਟਰ ਆਫ ਸਾਇੰਸ ਲਈ ਐਡਮਿਸ਼ਨ ਲਈ ਧਰਮ ਸਿੰਘ ਦੂਜਾ ਬੰਦਾ ਨਾਲ ਸੀ ਉਹਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਚ ਲੰਡਨ ਕਾਲਜ ਐਡਮਿਸ਼ਨ ਲਈ ਤੀਸਰਾ ਬੰਦਾ ਸੀ ਅਮਰ ਸਿੰਘ ਉਹਨੇ ਟੈਕਸਟਾਈਲ ਇੰਜੀਨੀਅਰਿੰਗ ਕੀਤੀ ਦਾ ਥਰਡ ਬੰਦਾ ਸੀ ਹਰੀ ਸਿੰਘ ਆਫ ਐਡਮਰਾ ਯੂਨੀਵਰਸਿਟੀ ਚ ਇਹ ਦੇਖਣ ਵਾਲੀ ਗੱਲ ਹੈ ਕਿ ਦੇਖੋ ਸਾਇੰਸ ਦੇ ਵਿੱਚ ਉਹ ਕਿੰਨਾ ਇੰਟਰਸਟ ਸੀ ਕਿੰਨਾ ਕਰਨਾ ਚਾਹੁੰਦੇ ਸੀ ਕਿ ਮੈਂ ਤੁਹਾਨੂੰ ਵਾਹੀ ਦੇ ਵਿੱਚ ਦੱਸਣਾ ਚਾਹੁੰਦਾ ਮੈਂ ਹਿਸਟੋਰੀਕਲ ਫੈਕਟਸ ਜਿਹੜੇ ਨੇ ਨਾ ਉਹ ਦੱਸਣੇ ਚਾਹੇ ਬੰਦੇ ਨੇ ਪਰ ਜਸਟ ਡੈਡ ਫੈਕਟਸ ਤੇ ਬਿਹਾਈਂਡ ਅਸਲੀਅਤ ਕੀ ਜਿੰਨਾ ਕਰਕੇ ਕਿ ਉਹ ਵਾਪਰੇ ਜੀ ਔਰ ਉਹਨਾਂ ਦਾ ਇੰਪੈਕਟ ਕੀ ਹੋਇਆ ਸਾਨੂੰ ਇਹ ਵੀ ਨਾਲ-ਨਾਲ ਪੜ੍ਹਨ ਦੀ ਜ਼ਰੂਰਤ ਹੈ ਕਲਾ ਹੀ ਨਹੀਂ ਉਸ ਵਲੇ ਆਇਆ ਹੋਇਆ ਉਸ ਵਲੇ ਇਦਾਂ ਹੋਇਆ ਉਸ ਵਲੇ ਉਹ ਯੂ نو ਦੈਟਸ ਨਾ ਨਾਫ ਸੋ ਮੈਂ تھوڑا ਸਾਈਡਟ੍ਰੈਕ ਕਰਾਂਗਾ ਪਲੀਜ਼ ਪਲੀਜ਼ ਇੰਕਾ ਜਾ ਸਾਈਡਟ੍ਰੈਕ ਤੈਸ ਕਿ ਕਰ ਰਹਾਗਾ ਕਿ ਵੇਖੋ ਪੰਜਾਬ ਦੇ ਵਿੱਚ ਸਹਾਇਤ ਅਕੈਡਮੀ ਹੈ which promotes excellence in the novel kafta literature اور ਦੇਖੋ ਹਾਲੇ ਤੱਕ ਕੋਈ ਵੀ ਐਸੇ ਅਕੈਡਮੀ ਨਹੀਂ ਪੰਜਾਬ ਚ ਜਿਹੜੀ ਕਿ ਪ੍ਰਮੋਟ ਕਰੇ ਜਾਂ ਅਵਾਰਡ ਕਰੇ ਅਚੀਵਮੈਂਟਸ ਇਨ ਸਾਇੰਸ ਟੈਕਨੋਲੋਜੀ ਮੈਡੀਸਨ ਐਂਡ ਇੰਜੀਨੀਅਰਿੰਗ ਕਿਸੇ ਵੀ ਕੰਟਰੀ ਦੀ ਗਰੋਥ ਚ ਸਾਇੰਸ ਦਾ ਬੇਸ ਹੋਣਾ ਬੜਾ ਜ਼ਰੂਰੀ ਹੈ ਪਰ ਉਹਨਾਂ ਦੀ ਵਿਜਨ ਉਸ ਵਿੱਚ ਦੇਖ ਪਿੰਨੀ ਸੀ ਇੱਕ ਸਾਲ ਰਹਿ ਕੇ ਜਿਹੜਾ ਚੀਜ਼ ਉਹ ਤੇ ਜਿਵੇਂ ਕੈਂਬਰिज ਨੂੰ ਸੀਗਾ 6 ਸੈਮੈਸਟਰ 6 ਯੂਨਿਟ ਖਤਮ ਕਰਕੇ ਔਰ ਉੱਥੇ ਵੀ ਦੇਖੋ ਐਡਮਿਸ਼ਨ ਲਈ ਉਹਨਾਂ ਨੇ ਕਿਨੇ ਸਬਜੈਕਟਸ ਜ਼ੂਲੋਜੀ ਫਿਜ਼ਿਕਸ ਐਂਡ ਕੈਮਿਸਟਰੀ ਉਹਨਾਂ ਨੂੰ ਇੱਕ ਹੈਂਡਸਮ ਸਕਾਲਰਸ਼ਿਪ ਮਿਲਿਆ ਵਾਓ ਕਲੰਬੀਆ ਯੂਨੀਵਰਸਿਟੀ ਤੋਂ ਟੀਚਰ ਟ੍ਰੇਨਿੰਗ ਦਾ ਉਸੇ ਵੇਲੇ ਉਹ ਛੱਡ ਕੇ ਕੇਮਬ੍ਰਿਜ ਤੋਂ ਉੱਥੇ ਪਹੁੰਚੇ ਉਸ ਵੇਲੇ ਕੇਮਬ੍ਰਿਜ ਨਾਲ ਲੜਾਈ ਵੀ ਲੜੀ ਆਪਣੇ ਪੱਗ ਲਈ ਜਿੱਤੀ ਫਰਸਟ ਪਰਸਨ ਵਿਦ ਟਰਬਨ ਇਨ ਕੇਮਬ੍ਰਿਜ ਵਾਓ ਐਨੀਵੇ ਮੱਕਾ ਪਾਣੀ कोलंबिया यूनिवर्सिटी ਦੇ ਵਿੱਚ ਇੱਕ ਪ੍ਰੋਫੈਸਰ ਪੜਾ ਰਿਹਾ ਸੀ ਡੋਰੀਜਾਰਡ ਕਿਬਲਿੰਗ ਬਾਰੇ ਉਹ ਰਿਸਰਚਰ ਬਾਰੇ ਇਹਨੇ ਡਿਸੈਗਰੀ ਕੀਤਾ ਔਰ ਇਨੇ ਨੌਲੇਜ ਨਾਲ ਇਤਨਾ ਉਹਨਾਂ ਦਾ ਗ੍ਰੈਸਪ ਸੀ ਇੰਡੀਅਨ ਸੋਸਾਇਟੀ ਦੇ ਨੌਲੇਜ ਬਾਰੇ ਇੰਨਾ ਕੁਝ ਦੱਸਿਆ ਬੈਕਗ੍ਰਾਉਂਡ ਉਸ ਵਲੇ ਦਾ ਕਿਬਲਿੰਗਾ ਉਹ ਦੀ ਹੁੰਦਾ ਸਭ ਕੁਝ ਕਰਦਾ ਪ੍ਰੋਫੈਸਰ ਇਹਨੇ ਇੰਪ੍ਰੈਸ ਹੋਇਆ ਕਿ ਤੂੰ ਇੰਡੀਅਨ ਸੋਸਾਇਟੀ ਬਾਰੇ ਕਾ ਲੈਕਚਰ ਦੇ ਨਿਊਯਾਰਕ ਦੇ ਹਾਲ ਚ ਪ੍ਰੋਫੈਸਰ ਟੋਕ ਅਪਨ ਹਮਸੈਲਫ ਟੂ ਐਡਵਰਟਾਈਜ਼ ਇਤਨੇ ਬੰਦੇ ਆ ਗਏ 5 6 7000 ਨਹੀਂ ਇਸ ਟਾਈਮ ਵਿੱਚ 10000 ਵਾਓ ਉੱਥੇ ਤੇਜਾ ਸਿੰਘ ਹੋਰ ਨੇ ਇੰਨੇ ਡੈਪਥ ਦੇ ਵਿੱਚ ਇੰਡੀਅਨ ਸੋਸਾਇਟੀ ਬਾਰੇ ਸਵਰੇ ਕਿੰਨਾ ਕਮਾਲ ਦੱਸਿਆ ਬਟ ਬਿਕਾਜ਼ ਆਫ ਹਿਸ ਅਨਸ਼ੇਕੇਬਲ ਇਨਰ ਪੀਸ ਡਿਊ ਟੂ ਹਿਸ ਗਰਾਉਂਡਿੰਗ ਇਨ ਸਿੱਖ ਰਿਲੀਜੀਅਨ ਵਾਈਲ ਐਕਸਪਲੇਨਿੰਗ ਗੁਰੂ ਨਾਨਕ ਟੀਚਿੰਗ ਆਲਮੋਸਟ ਮੂਵਡ ਦਾ ਆਡੀਅנס ਆਰਟਿਸਟ ਵਰ ਸੋ ਟੱਚਡ ਬੱਡੀ ਵੱਡੀ ਨਿਊਜ਼ ਨਿਊਯਾਰਕ 'ਚ ਛਪੀ ਕਿ ਕਿਹਾ ਗਿਆ ਕਿ ਸਾਨੂੰ ਹਰ ਹਫਤੇ ਲਿਚਦਿਆ ਕਰੋ ਕਿਉਂਕਿ ਇਹ ਨਿਊਜ਼ ਨਿਊਯਾਰਕ 'ਚ ਛਪੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਉੱਥੇ ਜੋ ਉੱਥੇ ਹੋ ਰਿਆ ਸੀ ਵਿਨਕੂਰ ਉਹਦੇ ਵਿੱਚ 1907 ਚੌਥੀ ਸੀ ਗਈ ਸੀ ਡੰਡੀ ਚ 1907 ਦੇ ਸੈਪਟੈਂਬਰ ਦੇ ਵਿੱਚ ਬਲਹੰਗਮ ਦਾ ਇਨਸੀਡੈਂਟ ਹੋਇਆ ਜਦੋਂ ਕਿ 250 ਸਾਡੇ ਮਿਲ ਵਰਕਰ ਨੂੰ 500 ਵਾਈਟ ਬੰਦਿਆਂ ਨੇ ਇਹ ਸ਼ੀਟ evacuation society ਬਣਾ ਕੇ ਕੁੱਪਿਆ ਮਾਰਿਆ ਕਰੋ ਕੱਢਿਆ ਰਾਤੀ ਕਰਕੇ ਉਹਨਾਂ ਦਾ ਮਕਾਨਡ ਕਰ ਦਿੱਤੇ 25 ਹਜ਼ਾਰ ਤੱਕ ਇਨਸਾਨ ਕੀਤਾ ਉਹਨਾਂ ਉੱਥੇ 50 ਕੁ ਬੰਦੇ ਕੈਨੇਡਾ ਚਲੇ ਗਏ ਕੋਈ ਉੱਥੇ ਚਲੇ ਗਏ ਉਧਰ ਕੈਨੇਡਾ ਦੇ ਵਿੱਚ ਕੋਈ ਕੋਲੀ ਕਹਿੰਦਾ ਕੋਈ ਕਾਲੇ ਕਹਿੰਦਾ ਇਤਨਾ ਜ਼ਿਆਦਾ ਸਾਡੇ ਚ ਉਦੋਂ ਨਫਤ ਪੈਦਾ ਹੋਈ ਜਾ ਰਹੀ ਸੀ ਔਰ ਵੈਂਕੂਵਰ ਦੇ ਵਿੱਚ ਆਪਣੇ ਸਿੱਖਾਂ ਨੇ ਵੀ ਗਿਆ ਸੀ ਕਿਸੇ ਘਟਨੇਾਂਗੇ ਪਰ ਉਹ ਇਸ ਗੱਲ ਦੇ ਵਿੱਚ ਬੜਾ ਉਹਨਾਂ ਨੂੰ ਦੁੱਖ ਸੀਗਾ ਸਾਡੇ ਬਾਰੇ ਕੋਈ ਐਕਸਪਲੇਨ ਕਰੇ ਅਸੀਂ ਇੰਨੇ ਕਿਸੇ ਮਾਤੀ ਤੋਂ ਘਟ ਨਹੀਂ ਗਏ ਸਾਡਾ ਫੇਰ ਸਾਡਾ ਕਲਚਰ ਸਾਡਾ ਬੜਾ ਰਿਚ ਹੈਗਾ ਡਾਕਟਰ ਸਾਹਿਬ ਕੁਇਕ ਕੁਇਕ ਮੈਂ ਤੁਹਾਨੂੰ ਇੱਥੇ ਇੰਟਰਪਟ ਕਰਨਾ ਚਾਹੁੰਦੀ ਆ ਇਸ ਤੋਂ ਪਹਿਲੇ ਕਿ ਉਹ ਐਕਸਪਲੇਨੇਸ਼ਨ ਕਿਸੇ ਆਪ ਦੇ ਬੰਦੇ ਤੋਂ ਲੈਂਦੇ ਆ ਜਾਂ ਦਿਲਵਾਉਂਦੇ ਸਿੱਖਾਂ ਨੇ ਉਸ ਟਾਈਮ ਜਿਸ ਹਕੂਮਤ ਦੇ ਉਹ ਸਿਟੀਜ਼ਨ ਸੀਗੇ ਉਹਨਾਂ ਤੋਂ ਅਪੀਲ ਕੀਤੀ ਉਹਦਾ ਕੀ ਨਤੀਜਾ ਹੋਇਆ ਉਹ ਤੇ ਆ ਰਿਹਾ ਕਿਉਂਕਿ ਜਦੋਂ ਕਿ ਇਹਨੂੰ ਮਾਰ ਪਈ ਸੀ ਉਥੇ ਬੈਲਿੰਗਹਮਸ਼ੇ ਕੁੱਤੇ ਮਾਰੇਗੇ ਉੱਥੇ ਮਾਰੇਗੇ ਉੱਥੇ ਕਿ ਬਿਟਸ ਕੋਲੋmbia ਦਾ ਜਿਹੜਾ ਕੌਂਸਲਟ ਸੀ ਨਾ ਤੋਂ ਅਸੀਂ ਸਟੇਟਸ ਨੂੰ ਪਿਟੀਸ਼ਨ ਲੋਧੋ ਉਹਨੂੰ ਜਾ ਕੇ ਰਿਕਵੈਸਟ ਕੀਤੀ ਵੀ ਭਾਈ ਸਾਡੀ ਮਦਦ ਕਰ ਕੋਈ ਦੇ ਉਹਨੇ ਕੁਛ ਨਹੀਂ ਕੀਤਾ ਔਨ ਦਾ ਅਦਰ ਹੈਂਡ ਜਾਪਾਨੀ ਵੀ ਸੀ ਉੱਥੇ ਮਤਲਬ ਚ ਜਾਪਾਨੀ ਨੇ ਕੁਛ ਕੀਤਾ ਜਾਪਾਨੀਆਂ ਦੇ ਕੌਂਸਲਟ ਨੇ ਚਾਈਨੀਜ਼ ਦੇ ਕੰਫਰੈਂਸ 100000 ਤੱਕ ਦੇ ਵਾਰ अबाउट ਦੈਟ ਲਾਰਜ ਨੰਬਰ ਉਹਨਾਂ ਨੂੰ ਕੰਪਨਸੇਟ ਕੀਤਾ ਉਹਨਾਂ ਦੇ ਕੌਂਸਲਟ ਨੇ ਉਹਨਾਂ ਦੀ ਹੈਲਪ ਕੀਤੀ ਸਾਡੇ ਕੌਂਸਲਟ ਨੇ ਸਾਡੀ ਕੁਛ ਨਹੀਂ ਕੀਤੀ ਉਦੋਂ ਸਾਡੇ ਅੰਦਰ ਇਹ ਵਾਕਈ ਚੀਜ਼ ਹਾਲੀਵੁੱਡੀ ਵਰਣੀ ਸ਼ੁਰੂ ਹੋ ਗਈ ਕਿ ਅਸੀਂ ਗੁਲਾਮ ਆ ਤੇ ਸਾਨੂੰ ਨਾਲੇ ਕੁਲੀ ਕਹਿੰਦੇ ਸੀਗੇ ਉਸ ਵੇਲੇ ਜਦੋਂ ਉਹਨਾਂ ਨੇ ਇਹ ਖਬਰ ਸੁਣੀ ਕਿ ਨਿਊਯਾਰਕ ਦੇ ਵਿੱਚ ਇੱਕ ਬੜਾ ਪੜਿਆ ਲਿਖਿਆ ਹੁਨਾਰ ਨੌਜਵਾਨ ਆ ਉਸੇ ਵੇਲੇ ਇਨਵੀਟੇਸ਼ਨ ਕੱਲਿਆ ਤੇ ਫੇਰ ਪਹਿਲੀ ਵਿਜ਼ਿਟ ਸੰਤ ਤੇ ਦਸੰਖ ਹੋਣ ਦੀ ਵੈਂਕੂਵਰ 1908 ਦੇ अर्ਲੀ ਟਸੈਵਨ ਦੇ ਐਂਡਿਸ ਵੀ ਵਾਓ ਉਦੋਂ ਤੋਂ ਕਿ ਉਹਨਾਂ ਨੇ ਸੀਰੀਜ਼ ਆਫ ਲੈਕਚਰ ਦਿੱਤੇ ਉਨ੍ਹਾਂ ਲੇਖਨਾਂ ਦੇ ਦੌਰਾਨ ਆਈ ਐਮ ਸੋ ਸੌਰੀ ਆਈ ਐਮ ਸੋ ਸੌਰੀ ਮੈਥੇ ਤੁਹਾਨੂੰ ਰੋਕਣਾ ਪੈ ਰਿਹਾ ਸੰਤ ਤੇਜਾ ਸਿੰਘ ਜੀ 1907 ਐਂਡ ਉਹ 8 ਦੇ अर्ਲੀ ਦਿਨਾਂ ਦੇ ਵਿੱਚ ਵੈਂਕੂਵਰ ਪਹੁੰਚੇ आम, तो uh, um ਲੈਕਚਰ ਦਿੱਤਾ ਬਟ ਇਹ ਕੋਈ ਮਾਮੂਲੀ ਜਿਹਾ ਲੈਕਚਰ ਨਹੀਂ ਸੀਗਾ ਇਹ ਲੈਕਚਰ ਨੇ ਹਾਲਾਤ ਤਾਂ ਮਤਲਬ ਇਤਿਹਾਸ ਨੂੰ ਚੇਂਜ ਕਰਤਾ ਇਹਦੇ ਬਾਰੇ ਮੈਂ ਤੁਹਾਡੇ ਤੋਂ ਡੀਟੇਲ ਵਿੱਚ ਪੁੱਛਣਾ ਚਾਹੁੰਦੀ ਹਾਂ ਵੀ ਹੈਵ ਸਮ ਵੰਡਰਫੁਲ ਰੈਕੋਰਡਸ ਜੋ ਤੁਸੀਂ ਕਲਿੱਪਿੰਗਸ ਆਪ ਦੇ ਵੱਲੋਂ ਫਾਈਂਡ ਕਰਕੇ ਡਿਸਕਵਰ ਕਰਕੇ ਰੱਖੀਆਂ ਬਟ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਡਾਕਟਰ ਸਖਵੰਦਰ ਸਿੰਘ ਜੀ ਇਸੇ ਤਰ੍ਹਾਂ ਸਾਈਡ ਨਾਲ ਜੁੜੇ ਰਹੋ ਵਿਊਅਰਸ ਤੁਸੀਂ ਵੀ ਜੁੜੇ ਰਹੋ ਬ੍ਰੇਕ ਤੋਂ ਬਾਅਦ ਬਹੁਤ ਹੀ ਇੰਟਰਸਟਿੰਗ ਤੁਹਾਨੂੰ ਹਿਸਟੋਰੀਕਲ ਫੈਕਟ अर्ली 1900स दा संत तेजा सिंह जी बारे शेयर करंगे मिलदेया ब्रेक दोस पार सारे दा स्वागत ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਅੱਜ ਦਾ ਮੁੱਦਾ ਇਹੀ ਹੈ ਕਿ ਅੱਜ ਦਾ ਦਿਨ ਜੁਲਾਈ 1st ਦਾ ਦਿਹਾੜਾ ਬ੍ਰਿਟਿਸ਼ ਕਲੰਬੀਆ ਸਰਕਾਰ ਨੇ ਕੈਨੇਡਾ ਦੇ ਵਿੱਚ संत तेजा सिंह जी ਦੇ ਰੈਕਗਨਿਸ਼ਨ ਦੇ ਵਿੱਚ ਡੈਡੀਕੇਟ ਕਰਤਾ ਹੈ ਦੇ ਹੈਵ ਆਫੀਸ਼ੀਅਲੀ ਅਨਾਉਂਸਡ ਕਿ ਜੁਲਾਈ 1st ਨੂੰ ਮੰਨਿਆ ਜਾਊਗਾ ਸੰਤ ਤੇਜਾ ਸਿੰਘ ਡੇ ਸੋ ਕੈਨੇਡਾ ਦੀ ਗਵਰਨਮੈਂਟ ਰੈਕਗਨਾਈਜ਼ ਕਰ ਰਹੀ ਹੈ ਕਿ ਸੰਤੇਜਾ ਸਿੰਘ ਜੀ ਦੀ ਤੇ ਸਿੱਖਾਂ ਦੀ ਕੀ ਦੇਣ ਹੈ ਕੈਨੇਡਾ ਦੀ ਗ੍ਰੋਥ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਗ੍ਰੋਥ ਦੇ ਵਿੱਚ ਤੇ ਇਹ ਬਿਲਕੁਲ ਆਈ ਥਿੰਕ ਅਪ੍ਰੋਪਰੀਏਟ ਬੰਦਾ ਹੈ ਕਿ ਸਾਨੂੰ ਵੀ ਥੋੜੀ ਜੀ ਹਿਸਟਰੀ ਬਾਰੇ ਜੋ ਤੋਂ ਫੈਕਟਸ ਹੈਗੇ ਉਹਨਾਂ ਦੇ ਪਿੱਛੇ ਕੀ ਸਟੋਰੀ ਹੈ ਉਹਦੇ ਬਾਰੇ ਜਾਣਕਾਰੀ ਪਾਣੀ ਚਾਹੀਦੀ ਐ ਐਂਡ ਆਫਕੋਰਸ ਹੂ ਬੈਟਰ To share that information with us, then Dr. Sukhmander Singh Ji, uh, Dr. Sukhmander Ji, ekvari fir tohda program devich saagat uh, Dr. Sahab, um, so interesting. That uh, uh, you know, early 1900s devich, 1906 devich, ek dastardinal de sada sardar. ਕੇਮਬ੍ਰਿਜ ਦੇ ਵਿੱਚ ਪੜਿਆ ਆ ਕਲੰਬੀਆ ਦੇ ਵਿੱਚ ਪੜਿਆ ਉਸ ਤੋਂ ਬਾਅਦ ਕੀ ਕੁਝ ਅੱਗੇ ਉਹਨਾਂ ਨੇ ਕੀਤਾ ਸੰਤ ਤੇਜਾ ਸਿੰਘ ਜੀ ਨੇ ਕੀ ਨਾਮ ਰੌਸ਼ਨ ਕੀਤਾ ਸਿੱਖਾਂ ਦਾ ਉਹ ਸੌਸ ਦਾ ਵਰਸਾਰ ਪਹਿਲੇ ਆ ਮੀਨ ਇਟਸ ਅਮੇਜ਼ਿੰਗ ਬਟ ਪੜ੍ਹਾਈ ਲਿਖਾਈ ਦੇ ਅਲਾਵਾ ਯੂ نو ਇੱਕ ਤਾਂ ਹੁੰਦਾ ਹੈ ਕਿ ਤੁਸੀਂ ਕਿਤਾਬੀ ਤੌਰ ਤੇ ਪੜ੍ਹਾਈ ਲੈ ਰਹੇ ਹੋ ਸਿੱਖ ਰਹੇ ਹੋ ਅੰਬੜਿਕ ਹੁੰਦੀ ਹੈ ਦੁਨੀਆਵੀ ਵਿਦਿਆ ਤੋ ਅਲੱਗ ਇੱਕ ਧਾਰਮਿਕ ਵਿਦਿਆ ਆਮ ਸਪਿਰਚੁਅਲ ਨੋਲਿਜ ਰਾਈਟ ਐ ਬਹੁਤ ਇੱਕ ਗਾਈਡਿੰਗ ਲਾਈਟ ਸਿਗੀ ਆਮ ਸੋ ਸੰਤ ਤੇਜ ਸਿੰਘ ਜੀ ਨੂੰ ਵੈਂਕੂਵਰ ਸੱਧਿਆ ਜਦੋਂ ਸਾਡੀ ਸਿੱਖਾਂ ਦੇ ਨਾਲ ਉਸ ਟਾਈਮ 1907 ਦੇ ਵਿੱਚ ਆਮ ਕਾਫੀ ਡਿਸਕ੍ਰਿਮੀਨੇਸ਼ਨ ਹੋਈ ਵਰਕਪਲੇਸ ਦੇ ਵਿੱਚ ਆਈ ਮੀਨ ਥਿੰਗਸ ਜੋ ਅਜ ਵੀ ਸਾਨੂੰ ਯੂ ਨੋ ਕਾਮਨ ਪਲੇਸ ਕਦੀ ਕਵਾਰ ਵੇਖਣ ਨੂੰ ਮਿਲਦੀ ਹੈ ਇਹ ਉਸ ਟਾਈਮ ਤੋਂ ਸਾਡੀ ਕਮਿਊਨਿਟੀ ਜੇਲਰੀ ਸੀ ਤੇ ਉਹਨਾਂ ਨੂੰ ਸੱਧਿਆ ਵੈਂਕੂਵਰ ਦੇ ਵਿੱਚ ਕਿਉਂ ਅਜੀ আচ্ছা ਇਹ ਜਿਹੜਾ ਇਹਦਾ ਬੈਕਗ੍ਰਾਉਂਡ ਬੜਾ ਜ਼ਰੂਰੀ ਹੈਗਾ ਪਹਿਲੀ ਵਿਜ਼ਿਟ ਤਾਂ ਉਹਨਾਂ ਦੀ ਸੀ ਸਮਰਫਿਕੇਸ਼ਨ ਜਿਹੜੀ ਕੋਲੰਬੀਆ ਯੂਨੀਵਰਸਿਟੀ ਉਦੋਂ ਗਏ ਸੁਣਾਉਂਦਾ ਦੂਸਰੀ ਵਿਜ਼ਿਟ ਜਿਹੜੀ ਸੀ ਨਾ ਉਹ ਕੁਦਰਤੀ ਕਨਸੀਡੈਂਟਰ ਹੋਈ ਗਈ ਤਾਂ ਸੀ ਉੱਥੇ ਕਿ ਨਾ ਪੈਸਾ ਇਕੱਠਾ ਕਰਨ ਕਰਾਫਟ ਦੀ ਵਾਇ ਤੇ ਗੁਰਨਾਣਿਕ ਮਿਸ਼ਤਲੀ ਦੇ ਲਾਟ ਆਫ ਦੋਸ ਇਵੈਂਟਫੁਲ ਥਿੰਗ ਕਿ ਗੁਰਨਾਣਿਕ ਮਾਈਨਿੰਗ ਖੋਲੀ ਮਤਲਬ ਵਿੱਚ ਮੈਂ ਇਹ ਸੀ ਕਿ ਅਸੀਂ ਆਪਣੇ ਆਪ ਤੇ ਖੁਦ ਨਿਰਭਰ ਹੋਈਏ ਐਨੀਵੇ ਦੇ ਬੈਕਗਰਾਉਂਡ ਉਦੋਂ ਇਹ ਸੀਗਾ ਕਿ ਵੈਂਕੂਵਰ ਦੇ ਵਿੱਚ ਵਾਈਟ ਕੈਨੇਡੀਅਨ ਗਵਰਨਮੈਂਟ ਕੈਨੇਡੀਅਨ ਇਸੋ ਦੇ ਸੀਗੇ ਵੀ ਦੇ ਆਰ ਚਾਰਜ ਔਨ ਅਸ ਇਹ ਜਿਹੜੇ ਆਏ ਨੇ ਨਾ ਇੰਡੀਆ ਤੋਂ ਲਾਟਸ ਆਫ ਦੇ ਵਰ ਸਿੱਖ ਆਰਮੀ ਨਾਲ ਭਾਈ ਬੰਦੇ ਸੀ ਵੀ ਇਹ ਉਦੋਂ ਦਾ ਮਾਰ ਖਾਦੀ ਬੈਰੈਂਗਮਸ ਕੋਟੇ ਗਏ ਉੱਥੇ ਵੀ ਕੀਲੇ ਗਏ ਯਾਨੀ ਐਟਮੋਸਫੇਅਰ ਉੱਥੇ ਇਤਨਾ ਸਾਡੇ ਅਗੇਂਸਟ ਬਿਲਡ ਅਪ ਹੋ ਗਿਆ ਸੀਗਾ ਕਿ ਇਹਨਾਂ ਨੂੰ ਕਢੋ ਇੱਥੋਂ ਔਰ ਹੰਡੂਰਸ ਦੇ ਵਿੱਚ ਲੈ ਕੇ ਇੱਥੋਂ ਜਾਂਦੀ ਲਾਈਕ ਦੇ ਵਿੱਚ ਲਾਈਕ ਸ਼ੀਪਸ ਟੂ ਪਿਕ देम ਅਪ ਹੰਡੂਰਸ ਦੇ ਵਿੱਚ ਗਏ ਉੱਥੇ ਇੱਕ ਆਪਣਾ ਬੰਦਾ ਹੀ ਦੋ ਲੈ ਕੇ ਨਾਲ ਪੈਸੇ ਲੈ ਕੇ ਤੂੰ ਜਦੋਂ ਵਾਪਸ ਆਉਂਦੇ ਜਰਾ ਚੰਗਾ ਐਂਡ ਦੇਉ ਥਰੇ ਕਾਫੀ ਲੰਬੀ ਸਟੋਰੀ ਹੈ ਕਿਉਂਕਿ ਸਰ ਕੋ ਟਾਈਮ ਮਨਾ ਹੈ ਨਹੀਂ ਕਿ ਆ ਮੈਂ ਸਿਰਫ ਇਹ ਦੱਸਣਾ ਚਾਹਣਾ ਕਿ ਜਦੋਂ ਕਿ such a misfortune was looming over our people in vancouver ਹਾਂਜੀ ਤੇ ਪਤਾ ਨਹੀਂ ਕਦੋਂ ਇਹਨੂੰ ਸ਼ਿਪੇ ਬਾਹਰ ਕਰ ਦੇਣਾ ਹੈਗਾ ਇਹ ਦਸੰਬਰ 1908 ਦੀ ਗੱਲ ਹੈ ਉਹ ਲੋ ਦਸੰਬਰ 1908 ਦੇ ਵਿੱਚ ਤੇਜਾ ਸਿੰਘ ਹੋਰੀ ਗਏ ਔਰ ਉਧਰ ਜਿਹੜਾ ਕੰਪੇਨ ਚ ਦੇ ਮੇਨ ਚਲਾ ਰਹੇ ਸੀ ਕੈਨੇਡਾ ਚ ਨੂੰ ਕੱਢਣ ਦਾ ਹਾਰਕਨ ਹਾਰਕਨ ਬੜਾ ਹੰਡਿਆ ਹੋਇਆ ਪ੍ਰਾਣਾ ਬੰਦਾ ਉਧਰੋਂ ਇੱਕ ਗਵਰਨਰ ਪਾਸ ਹੋਇਆ ਵਾ ਟਾਈਮ ਉਹ ਦਵਾਂ ਦੇ ਲੈਕਚਰ ਦਿੱਤੇ ਜਾ ਰਹੇ ਸੀਗੇ ਇਹਨਾਂ ਨੇ ਕਿਹਾ ਸਾਡੇ ਬੰਦਿਆਂ ਨੇ ਵੀ ਟਾਈਮ ਦੇ ਉਹ ਲੈਕਚਰ ਦੇਣ ਦਾ ਹੂੰ ਤੇਜਾਸ ਸਿੰਘ ਖੜੇ ਹੋ ਗਏ ਇਤਨੀ ਪਰਫੈਕਟ ਇੰਗਲਿਸ਼ ਦੇ ਵਿੱਚ ਇੰਨੇ ਅਲੋਕੇਸ਼ਨ ਦੇ ਵਿੱਚ ਇਨਾ ਗ੍ਰੈਸਪ ਵਰਲਡ ਹਿਸਟਰੀ ਦਾ ਵਰਡ ਇਕਨੋਮੀ ਦਾ ਇੰਡੀਅਨ ਹਿਸਟਰੀ ਦਾ ਬ੍ਰਿਟਿਸ਼ ਹਿਸਟਰੀ ਦਾ ਉਹ ਐਕਸਪਲੇਨ ਕਰਦੇ ਹੋਏ ਔਰ ਉਹਦੇ ਨਾਲ ਬਿਕਾਜ਼ ਆਫ ਹਿਸ ਪ੍ਰੋਫਾਉਂਡ ਫੇਥ ਐਸ ਆਈ ਸੈਡ unshakeable grounding in guru nanak's teaching and explaining that dangaraj de log dekh ke agle din akhbar khabar chapi mystery of tejas singh i have a clipping jo docs up to sanal share kiti look at this front page vancouver de akhbar de vich us time di gall hai ki picture so, de naam dekho december 12 1908 wow wow eh vancouver de akhbar chon main 1918 vancouver sanch leke dekho to match I, tech team, throw a zoom? the headline So we can see that better. My goodness! Wow. Mystery and power of Teja Singh. Wow. So, and un... you know, you know what was his age? जी. Thirty-one year old. That is it. Oh Thirty-one God. year old Teja Singh. Wow. Lecturing against Hyundai, Khund, Oh, wow. Gore, Harken Governor. ਯਾਰ ਜੇ ਕਿ ਸੰਕਰਨਾ ਚਾਂਸ ਸੀ ਉਸ ਮਿਲੇ ਕੰਡਰਨਾ ਤੇ ਕਿੱਥੇ ਰਹਾ ਉਥੇ ਦੋ ਬੰਦੇ ਇੱਕ ਬੰਦਾ ਫਿਕਰ ਆ ਉਹ ਇਹਨਾਂ ਦੇ ਇਤਨੇ ਜ਼ਿਆਦਾ ਇਮਪ੍ਰੈਸ ਹੋਏ ਕਿਉਂਕਿ ਹੀ ਵਾਸ ਅ ਪਰਸਨ ਹੂ ਵਾਸ ਰੇਡੀਏਟਿੰਗ ਵਿਦ ਸਮ ਗੁਰੂ ਨਾਨਕਸ ਗਲੋ ਸੋ ਡੀਪਲੀ ਗਰਾਉਂਡਡਡ ਇਨ ਗੁਰੂ ਨਾਨਕਸ ਟੀਚਿੰਗ ਨਾਰਨਲ ਓਕਸਪੈਨਕਰੀਗੇ ਨਾਰਨਲ ਪੈਰਲਲ ਵਰਲਡ ਅਕੈਡਮੀ ਵਰਲਡ ਹਿਸਟਰੀ ਇੰਡੀਆ ਹਿਸਟਰੀ ਦਾ ਗ੍ਰਾਸਪ ਦੇ ਕੇ ਔਰ ਇਹਨਾਂ ਦੇ ਕੇ ਇੰਨੇ ਗੋਰੇ ਬੈਠੇ ਸੀ ਕਹਿੰਦੇ ਕਈ ਤੇ ਇਹਨਾਂ ਦੇ ਬਣ ਗਏ 10000 ਕੀ ਨਾ ਪੈਂਫਰਡ ਚਿਪਾਈ ਸੀ ਰਾਬਰਟ ਨੇ ਵਿਕਟੋਰੀਆ ਇਹਨਾਂ ਦੇ ਹੱਕ ਚੋਂ ਚੀਜ਼ ਦੇ ਕੋ ਕਿਤਨਾ ਇੱਕਦਮ 180 ਟਨ ਕਾ ਕਿ ਦਰ ਦਿੱਤਾ ਔਰ ਫਿਰ ਇਹਨਾਂ ਨੇ ਗੁਰਨਾਨਕ ਮਾਇਨੇ ਕੰਪਨੀ ਵੀ ਖੋਲੀ ਸੀ ਉੱਤੇ 200 250 ਏਕੜ ਦੀ ਜ਼ਮੀਨ ਵੀ ਲੈ ਕੇ ਤੈਸੀ ਵੀ ਅਸੀਂ ਇੱਥੇ ਯੂਨੀਵਰਸਿਟੀ ਬਣਾਵਾਂਗੇ ਯਾਨੀ ਟੀਚਿੰਗ ਦਾ ਇਹਨਾਂ ਨੂੰ ਬਣਾ ਸੀਗਾ ਚਲੋ ਖੈਰ ਇਹ ਤੁਹਾਨੂੰ ਖਾਓ ਖਵਾਣ ਦੇ ਦੋ ਕਟਿੰਗ ਹੋ ਜੀ ਆਈ 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 ਵਾਂਟ ਟੂ ਸ਼ੋ ਹੁਣ ਕੁਝ ਮਤਲਬ ਕੋਰਸ ਜੋ ਹੁਣ ਤੁਸੀਂ ਕਲਿੱਪਿੰਗ ਦੇਖੀ ਹੈ ਆਮ ਉਹਨਾਂ ਉਸ ਆਰਟੀਕਲ ਵਿੱਚੋਂ ਕੁਝ ਕੋਰਸ ਵੀ ਸਾਡੇ ਨਾਲ ਹੈਗੇ ਡਾਕਟਰ ਸਾਹਿਬ ਨੇ ਸ਼ੇਅਰ ਕੀਤੀਆਂ ਸਾਡੇ ði vancouver daily province december 12th 1908 ਜਦੋਂ ਇਹ ਸਟੋਰੀ ਪਬਲਿਸ਼ ਹੋਈ The newspaper further writes that in appearance, he is quite distinguished. He wears European attire, his head being surrounded by a large turban, a glossy black beard at the end. He looks like a man. who is terribly earnest um is such is the key significance hai ki doctor saab because ek passe ta utthe di sarkar us vele utthe de jo um gore uh, you know workers sige oh accuse kar rahe si ki sikh community kam nahi kar di eh inna nu itthe kaddo so ya eh uh, um, dishonest han disingenuous han susant teja singh bare idda keh naam is akhbar da ki he looked like a man who is terribly earnest ਇਹਦੀ ਕੀ ਸਿਗਨੀਫਿਕੈਂਸੀ ਕੀ? ਇਹ ਸਿਗਨੀਫਿਕੈਂਸ ਅਖਬਾਰ ਵਾਲਾ ਇਹ ਖੁਦ ਲਿਖਿਆ ਨੈਕਸਟ ਸਲਾਈਡ ਤੇ ਦਿਖਾਉਂਦੇ ਹਾਂ। ਹਾਂਜੀ ਨੈਕਸਟ ਵਾਲੀ ਵਿੱਚ ਦਿਖਾ ਸਕਦੇ ਹਾਂ। ਹਾਂਜੀ ਜੀ। ਆਹ ਤਿਸ ਨੂੰ ਆਹ। ਆ ਇਹ ਇਹ ਸਾਰਾ ਪਾਰਟ ਤੁਸੀਂ ਪੜੋ। It, so, so the headline described, uh, you know, uh, the influence of a genuine yet forceful way um, that Teja Singh presented his case. So exactly, Singh uh, ji the speech about it. There was no jingoism, boast in his two-hour address. he spoke calmly, dispassionately, quoting historical authorities. The professor, oh Professor, Sege, showed himself to. To be a man of profound erudition with a marvelous grasp of the principles of European civilization and intimate knowledge of Oriental philosophy, he expounded the principles of true political economy. White men and white women are remembered as his warmest admirers. Wow. <laughs> ਉਹਦਾ ਗ੍ਰੈਸਪ ਇਹ ਪ੍ਰਿੰਸੀਪਲ ਆਫ ਯੂਰੋਪੀਅਨ ਹਿਸਟਰੀ ਯੂਰੋਪੀਅਨ ਸਿਵਲਾਈਜੇਸ਼ਨ ਵਰਡ ਇਕਨੋਮੀ ਔਰ ਇਤਨਾ ਔਰ ਫਿਲਾਸਫੀ ਥਿਸ ਸ਼ੋਜ਼ ਕਿ ਸਾਡੇ ਬੱਚਿਆਂ ਨੂੰ ਸਾਨੂੰ ਚਾਹੀਦਾ ਹੈਗਾ ਕਿ ਵੀ ਸ਼ੁੱਡ ਰੀਲੀ ਗੋ ਡੀਪ ਇਨ ਐਜੂਕੇਸ਼ਨਸ ਯਾ ਆਲਦੋ ਵੀ ਆਲ ਨੀਡ ਟੂ ਮੇਕ ਮਨੀ ਬਟ ਇ ਲੈਸਨ ਐ ਤੋਂ ਕਿ ਜਦੋਂ ਅਸੀਂ ਇਹਨਾਂ ਦੇ ਬੰਦਿਆਂ ਨੂੰ ਕਨਫਰੰਟ ਕਰਦੇ ਹਾਂ ਨਾ ਇਹਨਾਂ ਨੂੰ ਦੱਸ ਚੱਕੀਏ कि ਸਾਡੀ ਹਿਸਟਰੀ ਐਜ਼ ਕੰਪੇਅਰਡ ਅਦਰ ਪੀਪਲਸ ਹਿਸਟਰੀ ਇਜ਼ ਐਜ਼ ਗਲੋਰੀਅਸ ਐਜ਼ ਐਨੀਬਾਡੀ ਕੁਡ ਬੀ ਐਬਸੋਲੂਟਲੀ ਆਰ ਹਿਸਟਰੀ ਇਜ਼ ਕਪਲਡ ਵਿਦ ਸੱਚ ਵੰਡਰਫੁਲ ਸਪਿਰੀਚੁਅਲ ਸਟ੍ਰੈਂਥ ਹੈਲਪਿੰਗ ਹਿਊਮੈਨਿਟੀ ਹੈਲਪਿੰਗ ਪੂਰ ਪੀਪਲ ਔਨ ਰੈਕੋਰਡ ਐਂਡ ਸਟੈਂਡਿੰਗ ਅਗੇਂਸਟ ਟਾਇਰਨੀ ਐਂਡ ਕੁਰੈਲਟੀ ਯੂ نو ਸਾਰੇ ਚੀਜ਼ ਨੂੰ ਮੜ ਕੇ ਪੇਸ਼ ਕਰਦੇ ਨੇ ਇਹ ਡੰਗ ਰਹਿ ਜਨੇ ਇੱਕ ਇਸਾ ਦੀ ਕਮਿਊਨਿਟੀ ਦ ਵਰਡ ਕਿਤੇ ਵੀ ਨਹੀਂ ਜਦੋਂ ਇਹਨਾਂ ਨੇ ਇਸ ਤਰ੍ਹਾਂ ਸਪੇਲ ਕੀਤਾ ਅਗਲੇ ਦਿਨ ਫਿਰ ਦੋ 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 ਲੈਕਚਰ ਦਿੱਤੇ ਦੋਨ ਲੈਕਚਰਾਂ ਦੇ ਨਾਲ ਹੀ ਨਾ ਡੰਗ ਰਹੇਗੇ ਲੋਕ ਥੈਟਸ ਵਾਈ ਅਖਬਾਰ ਨੂੰ ਉਹਨਾਂ ਦੇ ਅਖਬਾਰ ਜਿਹੜੇ ਸਾਡੇ ਬਾਰੇ ਅਗੇਂਸਟ ਅਗੇਂਸਟ ਰਪੂਗਣਾ ਕਰਤੀ ਉਹੀ ਅਖਬਾਰ ਨੂੰ ਲਿਖਣਾ ਪਿਆ ਮਿਸਟਰੀ ਐਂਡ ਪਾਵਰ ਆਫ ਤੇਜਸੈ। ਵਾਓ। ਅਮ ਡਾਕਟਰ ਸਾਹਿਬ ਇਸ ਸਪੀਚ ਤੋਂ ਬਾਅਦ ਅਮ ਜੋ ਆਪਾਂ ਕਹਿ ਸਕਦੇ ਆ ਮਤਲਬ ਇੰਪੈਂਡਿੰਗ ਡੂਮ ਸੀਗਾ ਜੋ ਹੋਣ ਵਾਲਾ ਸੀ ਉਥੇ ਦੀ ਸਿੱਖ ਕਮਿਊਨਿਟੀ ਦੇ ਨਾਲ ਕਿ ਉਹਨਾਂ ਨੂੰ ਭੇੜ ਬੱਕਰੀਆਂ ਵਾਂਗੂ ਸ਼ਿਪ ਤੇ ਪਾ ਕੇ ਹੰਡੂਰਸ ਇਹਨਾਂ ਨੇ ਸੈਂਡ ਕਰ ਦੇਣਾ ਸੀ ਉਹਦਾ ਕੀ ਬਣਿਆ ਫਿਰ? ਉਹ ਨਹੀਂ ਖਤਮ ਹੋ ਗਈ ਦੇ ਦੇ ਸਟਾਪ ਇੱਕ ਹੋਰ ਚੀਜ਼ ਇਹਨਾਂ ਨੇ ਕਮਾਲ ਕੀਤੀ ਇਹ ਕਹਿੰਦੇ ਤੁਸੀਂ ਕਹਿੰਦੇ ਆ ਦੀਜ਼ ਦੀਜ਼ ਕਾਲੇ ਪੁਲਿਸ ਆ ਚਾਰਜ ਆਫਰਸ ਉਹ ਕਹਿੰਦੇ ਤੁਹਾਨੂੰ ਤਾਂ ਇਨਕਮ ਦੇ ਰਹੇ ਨੇ ਦੇਖੋ ਕਿੰਨਾ ਕੰਮ ਕਰਦੇ ਨੇ ਇਹ ਇਹਨਾਂ ਨੇ 250 ਏਕੜ ਜ਼ਮੀਨ ਖਰੀਦ ਲਈ ਵਾਓ ਪਹਿਲਾਂ ਤਾਂ 25 ਹੱਡਾਂ ਦਾ ਇਕੱਠਾ ਕਰਕੇ ਪਹਿਲਾ ਗੁਰਦੁਆਰਾ ਵਿਕਟੋਰੀਆ ਬਣਾਇਆ 1977 ਦੂਜਾ ਬਨਕੁਰ ਬਣਾਇਆ ਫੇਰ ਇਹਨਾਂ ਨੇ ਆਪ ਇਹ ਜਿਹਾ ਸੀ ਨੇ ਕਿ ਆ ਮਜ਼ਦੂਰੀ ਦੀ ਜਾਏ ਤੁਸੀਂ ਸੈਲਫ ਸੈਟ ਅਪ ਬਣੋ ਜੀ ਔਰ ਇਤਨੀ ਜ਼ਿਆਦਾ ਉਥੇ ਇਹਨਾਂ ਨੇ ਕੁਸ਼ਕੀ ਹਰਨਾਮ ਸਿੰਘ ਹੋਰਾਂ ਨੇ ਵੀ ਉਥੇ ਕੰਮ ਕੀਤਾ ਬੜਾ ਪੈਸੀਫਿਕ ਕੋਰ ਨਾ ਨਾ ਸਪੈਸੀਫਿਕ ਕਲੀ ਖਾਲਸਾ ਦੇਵਾਂ ਸੋਸਾਇਟੀ ਬਣਾਈ ਇਹਨਾਂ ਨੇ ਐਨੀਵੇ ਸੋ ਇੱਕ ਕਲਾ ਇਹਨਾਂ ਗੋਰਿਆਂ ਨੂੰ ਇਮਪ੍ਰੈਸ ਨਹੀਂ ਕਰਨਾ ਸੀ ਇਹਨਾਂ ਨੇ ਸਾਡੇ ਆਪਣੇ ਬੰਦਿਆਂ ਦੇ ਵਿੱਚ ਮੁੜ ਕੇ ਫੇਰ ਜਗਾਇਆ ਉਹ ਤੁਸੀਂ ਤੁਹਾਡਾ ਕਿੰਨਾ ਜ਼ਬਰਦਸ ਹੈਰਿਟੇਜ ਹੈ ਤੁਸੀਂ ਉਸ ਗੁਰੂਆ ਉਸ ਧਰਤੀ ਤੋਂ ਆਏ ਹੋ ਤੁਸੀਂ ਕਿਉਂ ਐਵੇਂ ਕਿਨੇ ਆਪਣਾ ਢੇਰ ਟਾਈ ਬੈਠੇ ਹੋ ਖੜੇ ਹੋ ਤੁਸੀਂ ਆਪ ਸੈਲਫ ਸ਼ੇਰ ਨਹੀਂ ਹੋਗੇ ਕਿਉਂ ਇਹ ਦੇਖ ਕੇ ਬੈਗਰ ਬਣ ਕੇ ਮਿਲ ਤੋਂ ਰੁਪਈਆ ਨਹੀਂ ਇਥੋਂ ਰੁਪਈਆ ਨਹੀਂ ਇਨਨਾ ਤੁਸੀਂ ਕਿਸੇ ਦੇ ਗੁਲਾਮ ਹੋ ਡਾਕਟਰ ਸੁਖਮੰਦਰ ਸਿੰਘ ਜੀ ਯੂ نو ਇੱਕ ਬਾਰ-ਬਾਰ ਕਹਾਵਤ ਮਤਲਬ ਅੱਗੇ ਆਂਦੀ ਹੈ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਆ ਕਿ ਸਿੱਖਾਂ ਨੇ ਇਤਿਹਾਸ ਤਾਂ ਬਹੁਤ ਰਚਾਇਆ ਬਹੁਤ ਇਤਿਹਾਸ ਬਣਾਇਆ ਬਟ ਕਿਤੇ ਨਾ ਕਿਤੇ ਉਸ ਇਤਿਹਾਸ ਨੂੰ ਰੈਕਡ ਦੇ ਵਿੱਚ ਪਾਉਣ ਦੇ ਵਿੱਚ ਕੋਈ ਕਮੀ ਰਹਿ ਗਈ ਹੈ ਬਟ ਇਸ ਤਰ੍ਹਾਂ ਦੇ ਟਾਪਿਕ ਦੇ ਵਿੱਚ ਲੱਗਦਾ ਹੈ ਕਿ ਚਲੋ ਅਗਰ ਸਾਡੇ ਵਿੱਚ ਕਮੀ ਰਹ ਗਈ ਹ ਹੋਰਾਂ ਨੇ ਇਸ ਇਤਿਹਾਸ ਨੂੰ ਰੈਕਗਨਾਈਜ਼ ਕੀਤਾ ਜਿਸ ਤਰ੍ਹਾਂ ਵੈਨਕੂਵਰ ਦੇ ਅਖਬਾਰ ਨੇ ਤੇਜਾ ਸਿੰਘ ਜੀ ਨੂੰ ਉਸ ਵੇਲੇ ਰੈਕਗਨਾਈਜ਼ ਕੀਤਾ ਅੱਜ ਦੀ ਡੇਟ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਨੇ ਸੰ ਤੇਜਾ ਸਿੰਘ ਨੂੰ ਰੈਕਗਨਾਈਜ਼ ਕੀਤਾ ਬਟ ਕੈਨੇਡਾ ਤੋਂ ਬਾਅਦ ਇਹਨਾਂ ਦਾ ਸਫਰ ਇਹਨਾਂ ਨੂੰ ਅਮਰੀਕਾ ਲੈ ਕੇ ਆਇਆ ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ ਡਾਕਟਰ ਸਾਹਿਬ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਵਿਊਅਰਸ ਕਿਤੇ ਨਾ ਜਾਓ ਬਹੁਤ ਹੀ ਇੰਟਰਸਟਿੰਗ ਗੱਲ ਹੋ ਰਹੀ ਹੈ ਸੰ ਤੇਜਾ ਸਿੰਘ ਜੀ ਦੀ ਜੋ ਸਫਰ ਉਹਨਾਂ ਨੂੰ ਕੈਨੇਡਾ ਤੋਂ ਅਮਰੀਕਾ ਲੈ ਕੇ ਆਇਆ ਵਾਪਸ ਕੈਲੀਫੋਰਨੀਆ ਦੇ ਵਿੱਚ ਉਹਦੀ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਤਵਾ ਸਾਰਿਆਂ ਨੂੰ ਇੱਕ ਬਾਰੀ ਫਿਰ ਸਵਾਗਤ ਕਰਦੇ ਹਾਂ ਸੰਤ ਤੇਜਾ ਸਿੰਘ ਜੀ ਦੀ ਗੱਲ ਹੋ ਰਹੀ ਹੈ ਸਾਡੇ ਆਪ ਦੇ ਸਿੱਖ ਇਤਿਹਾਸ ਦੀ ਗੱਲ ਹੋ ਰਹੀ ਹੈ ਆਮ ਕੁਝ ਚੀਜ਼ਾਂ ਮੈਂ ਕਹਾਂਗੀ ਕਾਮਨ ਨੋਲੇਜ ਬਣ ਗਈਆਂ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੰਤ ਤੇਜਾ ਸਿੰਘ ਜੀ ਦੇ ਬਾਰੇ ਆਮ ਲੋਕੀ ਜਾਣਦੇ ਉਹਨਾਂ ਦਾ ਨਾਂ ਜਾਣਦੇ ਐ ਗੱਦਰੀ ਬਾਬਿਆਂ ਦਾ ਨਾਮ ਜਾਣਦੇ ਐ ਬਟ ਇਹ ਸਾਰੀ ਚੀਜ਼ਾਂ ਲਿੰਕਡ ਕਿਸ ਤਰ੍ਹਾਂ ਹੈਗੀਆਂ ਇਹਨਾਂ ਦਾ ਕੀ ਲਾਰਜਰ ਇੰਪੈਕਟ ਹੋਇਆ ਸਾਡੇ ਇਤਿਹਾਸ ਤੇ ਸਾਡੀ ਕਮਿਊਨਿਟੀ ਦੀ ਗਰੋਥ ਤੇ ਆਮ ਤੇ ਆਜ਼ਾਦੀ ਤੇ ਆਮ ਇਨਸਾਈ ਚੀਜ਼ਾਂ ਦੀ ਗੱਲ ਕਰ ਰਹੇ ਹਾਂ ਤੇ ਸਾਡੇ ਨਾਲ ਜੁੜੇ ਹਨ ਸਿੱਖ ਹਿਸਟੋਰੀਅਨ ਪ੍ਰੋਫੈਸਰ ਆਫ ਇੰਜੀਨੀਅਰਿੰਗ ਅਸੋਸੀਏਟ ਡੀਨ ਆਮ ਐਟ ਹਿਸ ਸਕੂਲ ਸੈਨਟ ਕਲਾਰਾ ਯੂਨੀਵਰਸਿਟੀ ਡਾਕਟਰ ਸੁਖਮੰਦਰ ਸਿੰਘ ਜੀ ਡਾਕਟਰ ਸਾਹਿਬ ਇੱਕ ਬੜੀ ਫਿਰ ਪ੍ਰੋਗਰਾਮ ਦੇ ਵਿੱਚ ਆਮ ਤੁਹਾਡਾ ਸਵਾਗਤ ਤੁਸੀਂ ਵਿਜ਼ਿਟਿੰਗ ਫੈਕਲਟੀ ਵੀ ਰਹੇ ਹੋ ਐਟ ਕੇਮਬ੍ਰਿਜ ਯੂਨੀਵਰਸਿਟੀ ਜਿੱਥੋਂ ਸੰਤੇਜਾ ਸਿੰਘ ਜੀ ਦੀ ਅਬਰਾਡ ਦੇ ਵਿੱਚ ਐਜੂਕੇਸ਼ਨ ਸ਼ੁਰੂ ਹੋਈ ਆਮ ਸਾਡੀ ਜੋ ਦਸਤਾਰ ਹੈਗੀ ਹੈ ਕਿ ਸਿੱਖੀ ਸਰੂਪ ਦੇ ਵਿੱਚ ਉਹਨਾਂ ਨੇ ਲੜਕੇ ਉਹ ਹੱਕ ਲਿੱਤਾ ਕੇ ਕੇਮਬ੍ਰਿਜ ਦੇ ਵਿੱਚ ਉਹ ਟ੍ਰੈਡੀਸ਼ਨਰਾਂ ਨੇ ਅੱਗੇ ਅਮਰੀਕਾ ਦੇ ਵਿੱਚ ਵੀ ਕਾਇਮ ਰੱਖਿਆ ਕੈਨੇਡਾ ਵਿੱਚ ਲੈ ਕੇ ਗਏ ਉਹਨੂੰ ਸਿੱਖਾਂ ਦੀ ਪਛਾਣ ਨੂੰ ਇੱਕ ਪੋਜ਼ਿਟਿਵ ਉਹਨਾਂ ਨੇ ਪਰਸਪੈਕਟਿਵ ਦਿੱਤਾ ਉੱਥੇ ਦੇ ਲੋਕਲ ਗੋਰਿਆਂ ਦੇ ਵਿੱਚ ਜੋ ਕਾਫੀ ਹੌਸਟਾਈਲ ਸੀਗੇ ਔਰ ਸਿੱਟਾਮ ਸਿੱਖਾਂ ਦੇ ਸਿੱਖਾਂ ਦੇ ਖਿਲਾਫ ਅਮ ਬਟ ਵੈਂਕੂਵਰ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਲੋਕਾਂ ਦਾ ਮਾਈਂਡ ਪਲਟਿਆ ਇੱਕ ਪਾਸੇ ਤਾਂ ਉੱਥੇ ਦੇ ਸਰਕਾਰ ਸਿੱਖਾਂ ਨੂੰ ਇੱਕ ਬੋਟ ਵਿੱਚ ਪਾ ਕੇ ਹੰਡੂਰਸ ਸ਼ਿਪ ਕਰਨਾ ਚਾਹੁੰਦੇ ਸੀ ਤੇ ਦੂਜੇ ਪਾਸੇ ਇਹਨਾਂ ਦੀ ਸਪੀਚਾਂ ਤੋਂ ਬਾਅਦ ਉਹੀ ਅਖਬਾਰ ਜੋ ਉਹਨਾਂ ਦਾ ਵਿਰੋਧ ਕਰਦਾ ਸੀ ਸਿੱਖਾਂ ਦਾ ਵਿਰੋਧ ਕਰਦਾ ਸੀ ਵੱਡੀ ਹੈਡਲਾਈਨ ਲਿਖ ਰਿਹਾ ਹੈ ਦਾ ਮਿਸਟਰੀ ਐਂਡ ਪਾਵਰ ਆਫ ਸੰਤ ਤੇਜ ਸਿੰਘ ਅਮ ਸੋ ਵੈਨਕੂਵਰ ਤੋਂ ਬਾਅਦ ਉਹ ਕੈਲੀਫੋਰਨੀਆ ਵਾਲੇ ਪਾਸੇ ਆਂਦੇ ਸੋ ਟੈਲ ਅਸ ਅਬਾਊਟ ਥੈਟ ਕਜ਼ ਇਹਦੇ ਵਿੱਚ ਵੀ ਬਹੁਤ ਇੱਕ ਮਾਈਲਸਟੋਨ ਐ ਸਿੱਖ ਇਤਿਹਾਸ ਦੇ ਵਿੱਚ ਵੈਨਕੂਵਰ ਤੋਂ ਕੈਲੀਫੋਰਨੀਆ ਕਿਸ ਤਰ੍ਹਾਂ ਸੰਤੇਜਾ ਸਿੰਘ ਜੀ ਆਏ ਜੀ ਅੱਛਾ ਸ਼ੁਰੂ ਕਰ ਲਿਆ ਅਪਾ ਡਿਸੰਬਰ 1908 ਤੇ ਪਹੁੰਚੇ ਸੀ ਵੈਨਕੂਵਰ ਜਦੋਂ ਉਹਨੂੰ ਤੋਂ ਕੱਢਣ ਲੱਗੇ ਸਾਂ ਅਸੀਂ ਖਬਰਾਂ ਦੀ ਖੋਜ ਕੀਤੀ ਅਫਤਾਰ ਸਿੰਘ ਜੀ ਲੋਕਾਂ ਨੇ ਬੜੀ ਮਦਦ ਕੀਤੀ ਮੇਰੀ ਇਹਦੇ ਵਿੱਚ ਅਫਵਾਰਾਂ ਦੇ ਚਲੋ ਖੈਨੀ ਵੀ ਉਹ ਗੱਲ ਆਪਾਂ ਕਰਕੇ ਉਹ ਡਿਸੰਬਰ 1908 ਚ ਹੰਡੂਰਸ ਵਾਲਾ ਮੋਰਚਾ ਚਿੱਤ ਕੇ ਇੱਕ ਵਾਪਸ ਹਾਰਵਰਡ ਨਹੀਂ ਗਏ ਕਿਨੇ ਚੰਗੇ ਪੈਸੀਫਿਕ ਕੋਸਟ ਚ ਚਲੇ ਉੱਥੋਂ ਸ਼ੁਰੂ ਕਰਕੇ ਵੈਨਕੂਵਰ ਤੋਂ ਪਹਿਲੀ ਸਟਾਪ ਕੀਦੀ ਵੈਨਕੂਵਰ ਉੱਥੇ ਵੀ ਯੂ ਨੋ ਪਟਟਕ ਟੱਕ ਕੇ ਗੁਰਦੁਆਰੇ ਉਸ ਤੋਂ ਬਾਅਦ ਥੱਲੇ ਆਏ ਸਿਆਟਲ ਪੋਰਟਲੈਂਡ ਸਭ ਜਗ੍ਹਾ ਹੁੰਦੇ ਹੁੰਦੇ ਇਕੱਠ ਕਿੱਥੇ ਸਿੱਖ ਸਭ ਜਗ੍ਹਾ ਸੀਗੇ ਉਹਨਾਂ ਨੇ ਡ੍ਰੈਸ ਕਰਦੇ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਤਬਦੀਲ ਲਿਆਂਦੀ ਕਿ ਵੀ ਕਿਉਂਕਿ ਖਾਸ ਕਰਕੇ ਇਸ ਸ਼ਟਲ ਦੇ ਵਿੱਚ ਤਾਂ ਬਹਿਨਾਂ ਕਰਕੇ ਆਪਣੇ ਬੰਦਿਆਂ ਨੂੰ ਟਰਾਈਸਨ ਬੜਾ ਕੁੱਟਿਆ ਮਾਰਿਆ ਗਿਆ ਸੀਗਾ ਫਿਰ ਥੱਲੇ ਵੀ ਬੜਾ ਕੁੱਤੀ ਦੇ ਸੀਗੇ ਸਾਡੇ ਅੰਦਰ ਨਾ ਇੱਕ ਤਰ੍ਹਾਂ ਦੀ ਨਾਣਤ ਬੜੀ ਇੱਕ ਕਲਾਨੀ ਤੇ ਬੜਾ ਸਹਿਮ ਵੀ ਭਰਿਆ ਹੋਇਆ ਸੀਗਾ ਵੀ ਅਸੀਂ ਗੁਲਾਮ ਆ ਉਤੋਂ ਹੁੰਦੇ ਹੁੰਦੇ ਕੈਲੀਫੋਰਨੀਆ ਪਹੁੰਚ ਗਏ ਇੱਕ ਫਸ ਵਿਜ਼ਿਟ ਸੀ ਇਹਨਾਂ ਕੈਲੀਫੋਰਨੀਆ ਜੀ ਕੈਲੀਫੋਰਨੀਆ ਆ ਕੇ ਤੇ ਜਵਾਲਾ ਸਿੰਘ ਤੇ ਬਸਾਕਾ ਸਿੰਘ ਨੇ ਇੰਪਰਸ਼ੀਪ ਕੀਤਾ ਨਾ ਉਹ ਉਹਨਾਂ ਦਿਨਾਂ 'ਚ ਜਵਾਲਾ ਸਿੰਘ ਉਹਨਾਂ ਨੇ 500 ਏਕੜਸ ਮੀਨ ਹਾਰਟਵੈਲ ਹੈਗਾ ਹਾਰਟਵੈਲ ਤਾਂ ਨਹੀਂ ਲੱਗਦਾ ਐਲ ਡੈਲਟਾ ਵਲ ਫਰੀਦ ਕੀਤੇ ਆਲੂ ਬੀਜੇ ਸੀ ਬਹੁਤ ਆਲੂ ਬਾਨ ਸੀ ਬਹੁਤ ਹਿਮਨ ਕਰਦੇ ਸੀਗੇ ਮੰਨਦੇ ਕੁਝ ਹੋਰ ਵੀ ਨਾਲ ਸੰਗੇ ਉਹਨਾਂ ਨੇ ਮਿਲ ਕੇ ਉੱਥੇ ਵੀ ਪ੍ਰਚਾਰ ਕੀਤਾ ਪਲੇਜ਼ੈਂਟ ਤੱਕ ਆ ਕੇ ਵੀ ਕੀਰਤਨ ਦਰਬਾਰ ਕੀਤੇ ਕਰਕੇ ਤੇ ਫਿਰ ਚਲੇ ਗਏ ਮਤਲਬ ਆਪਣਾ 20 ਬੀਜ ਗਏ ਵੀ ਗੁਰਸਿੱਖੀ ਦਾ ਵੀ ਤੇ 20 ਅਸੀਂ ਕਿਸੇ ਤੋਂ ਮਤ ਘਟ ਨਹੀਂ ਆਗੇ ਚਲੇ ਗਏ ਵਾਪਸ ਦਸ ਗਿਆ ਉਹ 1912 ਦੇ ਵਿੱਚ ਕੀ ਹੋਇਆ ਉਹਨਾਂ ਪਹਿਲਾਂ ਆਪਣੀ ਵਾਈਫ ਵੇਚੀ ਕਿਉਂਕਿ ਉੱਥੇ ਬੜਾ ਪ੍ਰੋਬਲਮ ਆ ਗਿਆ ਸੀ ਫੀਸ ਨਹੀਂ ਹੁੰਦੀ ਸੀਗੀ ਅਫਸਰਾਂ ਨੇ ਬਣਾ ਕੇ ਵੇਚਦੇ ਰਹੇ ਬੜੀ ਲੰਬੀ ਸਟੋਰੀ ਆ ਇਹਨਾਂ ਨੇ ਐਨੀ ਸਟਰਗਲ ਕੀਤੀ ਹੈ ਲੇਕਿਨ ਆਪਣਾ ਜੱਤਸਤ ਔਰ ਆਪਣਾ ਫਿਲਾਸਫੀ ਹੈ ਔਰ ਆਪਣਾ ਕਿਰਤ ਕੈਮ ਰੱਖੀ ਤੇ 1912 ਸ਼ਿਰ ਆਇਆ 1912 ਚ ਆ ਕੇ ਇੱਕ ਫਿਰ ਕੀਟਨ ਦਵਾਰ ਹੋਇਆ ਉੱਥੇ ਜਿਹੜਾ ਸੀ ਆਪਣਾ ਆਰਾ ਸਿੰਘ ਉਹਦੀ ਕੋਠੇ ਦੇ ਵਿੱਚ ਗੁਰੂ ਗ੍ਰੰਥ ਰੱਖੇ ਹੋਏ ਸੀਗੇ ਤੇ 1912 ਚ ਜਦੋਂ ਕਿਹਾ ਵੀ ਆਪਣਾ ਇੱਥੇ ਹੁਣ ਕਾਫੀ ਹੋ ਗਿਆ ਤੇ 20 ਬੰਦੇ ਨੇ ਅੰਮ੍ਰਿਤ ਵਿੱਚ ਛਕਿਆ ਤੇ ਉਦੋਂ ਇਹਨਾਂ ਨੇ ਪੰਜ ਬੰਦੇ ਦੀ ਕਮੇਟੀ ਬਣਾਈ ਜੀ ਜਵਾਲਾ ਸਿੰਘ ਸਾਖਾ ਸਿੰਘ ਜੀ ਇੱਜਾ ਸਿੰਘ ਜੀ ਤਾਰਾ ਸਿੰਘ ਤੇ ਬਾਗੂ ਸਿੰਘ ਤੇ ਜਵਾਲਾ ਸਿੰਘ ਬਸਾਕਾ ਸਿੰਘ ਇੱਜਾ ਸਿੰਘ ਤਾਰਾ ਸਿੰਘ ਤੇ ਬਾਗੂ ਸਿੰਘ ਪੰਜ ਕਮੇਟੀ ਬਣਾਈ ਵੀ ਹੁਣ ਐ ਕਰੋ ਆਪਾਂ ਇੱਥੇ ਆਪਣਾ ਹੀ ਗੁਰਦੁਆਰਾ ਬਣਾਉਣਾ ਤੇ 1900 ਬਣਾ ਨਿਕਲਿਆ ਇੱਕ ਬੜੀ ਜ਼ਬਰਦਸਤ ਸਪੀਡ ਨਾਲ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਇਹ ਵੀ ਗੱਲ ਸੁਣੀ ਜਾਂਦੀ ਹੈ ਕਿ ਕਈ ਬੰਦੇ ਨੇ ਆਪਣੀ ਜਿਹੜੀ ਪਾਸਬੁੱਕ ਹੁੰਦੀ ਹੈ ਉਹ ਵੀ ਮੇਰੇ ਤੱਕ ਦੀ ਪੂਰੀ ਚੈੱਕ ਬੁੱਕ ਹੀ ਦੇਤੀ ਲਾਲੋ ਚੈੱਕ ਵੀ ਦੇਈ ਅਟਕੋ ਵਾਓ 200 ڈالر ਇਕੱਠਾ ਕੀਤਾ ਵਿਦਨ ਫਿਊ ਵੀਕਸ ਇਨ 1930 ਗ੍ਰੈਂਟ ਐਵੇਨਿਊ ਜਿੱਥੇ ਕਿ ਹੁਣ ਸਟਾਕਟਨ ਗੁਰਦੁਆਰਾ ਹੈ 1930 ਗ੍ਰੈਂਟ ਐਵੇਨਿਊ ਦੇ ਵਿੱਚ ਮੇ 27 1912 ਦੇ ਵਿੱਚ ਨਾ ਪਹਿਲਾਂ ਆਪਾਂ ਦੇ ਵਿਚੇ ਉਸ ਜਮੀਨ ਵੀ 3400 ਡਾਲਰ ਦੇ ਕੇ ਵਾਓ ਉਹ ਤੇ ਨਿਕਲ ਕੋਠੇ ਜੀ ਸੀ ਜਿਵੇਂ ਫਾਰਮ ਹਾਊਸ ਹੁੰਦਾ ਉਥੇ ਆਪਣਾ ਸ਼ੁਰੂ ਕਰ ਦਿੱਤਾ ਉਦੋਂ ਬਾਅਦ ਪੈਸਾ ਹੋਰ ਇਕੱਠਾ ਕਰਕੇ ਫਿਰ ਜਿਵੇਂ 20000 ਕਰਕੇ ਜਿਹੜਾ ਲਾਇਬ੍ਰੇਰੀ ਬਣੀ ਉਹ ਬਣਾਈ ਤੇ 1929 ਦੇ ਵਿੱਚ ਵੱਡੀ ਬਿਲਡਿੰਗ ਬਣੀ ਯੂ نو 올 ਦੈਟ ਥਿੰਗ ਅੱਛਾ ਹੁਣ ਉਥੇ ਕੀ ਕੀਤਾ ਦੇਖ ਕਿੰਨੀ ਦੂਰ اندੇ ਸੀ ਐਨਟੈਸਿੰਗ ਉਹਨਾਂ ਨੇ 1900 19 of 12 ਦੇ ਵਿੱਚ ਮੇ 27 1912 ਦੇ ਵਿੱਚ ਪੈਸੀਫਿਕ ਕੋਸਟ ਖਾਲਸਾ ਦਵਾਨ ਸੁਸਾਇਟੀ ਦੇ ਬਾਈਲਾਜ਼ ਲਿਖੇ ਜੀ ਲਿਖ ਕੇ ਤੇ ਜਾ ਕੇ ਲੈ ਕੇ ਇਹਨਾਂ ਨੇ ਉਹਨੂੰ ਇਨਕਰਪੋਰੇਟ ਕਰਕੇ ਇਨਕਰਪ ਇਨਕਾਰਪੋਰੇਟ ਕਰਾਇਆ ਕੈਲੀਫੋਰਨੀਆ ਵਿੱਚ ਔਰ ਉਹ ਦੱਸਿਆ ਉਹਨਾਂ ਨੇ ਦੇਖੋ ਕਿੰਨੀ ਦੂਰ ਨਿੱਸੀ ਸੀ ਕਿ ਇਹ ਹੀ ਜਿਹੜੇ ਬਾਈਲਾਜ਼ ਆ ਇਹ ਹੀ ਚੀਜ਼ ਨੇ ਨਾ ਕਿ ਪੈਸੀਫਿਕ ਕੋਸਟ ਖਾਲਸਾ ਦਵਾਨ ਸੁਸਾਇਟੀ ਤਾਂ ਲਿਖਿਆ ਵੀ ਪੈਸੀਫਿਕ ਕੋਸਟ ਕਿੰਨੇ ਮਰਜ਼ੀ ਗੁਦਾਰੇ ਬਣ ਇਹ ਹੀ ਇਹ ਹੀ ਕੰਸਿਊਜ਼ ਕਰ ਸਕਦੇ ਆ ਆਲ ਆਫ ਥਮ ਕੈਨ ਯੂਜ਼ ਦ ਸੇਮ ਕਨਸਟੀਟਿਊਸ਼ਨ ਇਤਨੀ ਜ਼ਬਰਦਸਤ ਕਨਸਟੀਟਿਊਸ਼ਨ ਲਿਖੀ ਗਈ ਇਨੀ ਸੋਹਣੀ ਲਿਖੀ ਗਈ ਔਰ ਟਾਈਟਲ ਵੀ ਰੱਖਿਆ ਕਿ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੋਸਾਇਟੀ ਵੈ ਸਟਾਕਟਨ ਫਰੈਜ਼ਨੋ ਕੁਝ ਵੀ ਨਾਮ ਲਗਾ ਲਖੋ ਆਹੀ ਕਰਸੀ ਯੂਜ਼ ਕਰੋ ਔਰ ਬਦਕਿਸਮਤ ਇਹ ਹੈ ਕਿ ਅਸੀਂ ਥਾਂ ਥਾਂ ਕਨਸਟੀਟਿਊਸ਼ਨਾਂ ਨੂੰ ਬਣਾ ਬਣਾ ਕੇ ਆਪ ਜੀ ਦੀ ਉਹਨਾਂ ਨੂੰ ਐਜ਼ ਅ ਸੋਰਸ ਆਫ ਕਨਫਰਟ ਯੂਜ਼ ਕਰੀ ਜਾ ਰਹੇ ਹੈ ਬਦਕਿਸਮਤ ਸਾਡੀ ਲੇਕਿਨ ਇਹ ਵੀ ਤੇਜਸ ਸਿੰਘ ਦੀ ਵਿਜ਼ਨ ਸੀਗੀ ਉਸ ਵੇਲੇ ਪਰ ਇੱਕ ਬੜੀ ਇੰਟਰਸਟਿੰਗ ਚੀਜ਼ ਉਹ ਬੜੀ ਜਿਹੜੀ ਬਹੁਤ ਜ਼ਬਰਦਸਤ ਯਾਦ ਕਰਨ ਵਾਲੀ ਹੈ ਜੀ ਉਹਨਾਂ ਦੇ ਨਾਲ ਦੇ ਵਿੱਚ ਸਾਡੇ ਨਾਲ ਵੀ ਬੜਾ ਬੇਇਨਸਾਫੀ ਹੋ ਰਹੀ ਸੀ ਜੀ ਔਰ ਹੌਲੀ ਹੌਲੀ ਕਰਕੇ ਇਤਨੀ ਜ਼ਿਆਦਾ ਹੋਈ ਜਾ ਰਹੀ ਸੀ ਕਿ ਸਾਡੇ ਅੰਦਰ ਇਹ ਗੱਲ ਘਰ ਘਰ ਗਈ ਕਿ ਅਸੀਂ ਗੁਲਾਮਾਂ ਤਾਂ ਸਾਡੇ ਨਾਲ ਹੋ ਰਿਹਾ ਕਿਉਂਕਿ ਦ ਸੇਮ ਟਾਈਮ ਤੇ 1906 ਤੇ 1907 ਦੇ ਵਿੱਚ ਪੰਜਾਬ ਦੇ ਵਿੱਚ ਜਰਸੀ ਦਾ ਬਾਰ ਦਵਾ ਵੀ ਐਕਟ ਹਾਂਜੀ ਤੇ ਤੇ ਪੰਜਾਬ ਕੋਲੋਨਾਈਜੇਸ਼ਨ ਐਕਟ ਉਹ ਪਾਸ ਹੋ ਗਿਆ ਉਨਾ ਮਦਰਾ ਇਸੇ ਆ ਵੀ ਜੇ ਪਹਿਲਾਂ ਡੱਕਾ ਨਹੀਂ ਹੁੰਦਾ ਤੇ ਉਹ ਜ਼ਮੀਨ ਦੀ ਉਹ ਨਹੀਂ ਫੇ ਗਮ ਲੈ ਲੇਗੀ ਦੂਜਾ 25% ਕਿਨਾਂ ਉਹਨੇ ਕਿਰਾਇਆ ਕਿਨਾਂ ਹਾਲਾ ਵਧਾਤਾ ਤੇ ਜਿਹਨੋਂ ਦਾ ਉੱਥੋਂ ਚੱਲੀ ਸੀਗੀ ਉਹ ਪਗੜੀ ਸਮਾਲ ਜੱਟਾ ਜੀ 1907 ਦੇ ਵਿੱਚ ਪਗੜੀ ਸਮਾਲ ਜੱਟਾ ਉੱਥੇ ਮਹਿਮ ਚੱਲੀ ਉੱਥੇ ਵੀ ਗੁਲਾਮੀ ਕਰਕੇ ਉਹ ਖਬਰ ਇੱਥੇ ਵੀ ਪਹੁੰਚੀ ਇਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਮਾੜਾ ਹੋਇਆ ਇਸ ਕਰਕੇ ਸੰਤ ਤੇਜਾ ਸਿੰਘ ਹੋਰਾਂ ਨੇ ਉੱਥੇ ਖੋਹ ਠਹਿਰ ਕੇ ਵੀ ਤੁਸੀਂ ਐ ਕਰੋ ਤੁਸੀਂ ਸੱਚੇ ਪਾਤਸ਼ਾਹ ਦੇ ਹੋ ਤੁਸੀਂ ਮਾਰਨਾ ਖਾਓ ਤੁਸੀਂ ਕੋਈ ਅਸੀਂ ਬੰਨਣਾ ਬੰਨੋ ਕਿਉਂਕਿ ਜਾਣਾ ਉਹਨਾਂ ਸੀਗਾ ਉਦੋਂ ਬਾਅਦ ਕੀ ਕੀਤਾ ਉਹਨਾਂ ਦੇ ਇਨਫਲੂਐਂਸ ਕਰਕੇ ਉਹਨਾਂ ਦੇ ਐਜੂਕੇਸ਼ਨ ਕਰਕੇ ਜਵਾਲਾ ਸੀਨੇ ਵੀ ਕੀ ਕਿਹਾ ਵੀ ਆਪਾਂ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਉਹਨਾਂ ਨੇ ਬਰਕਲੇ ਤੋਂ ਸਿਰਫ ਦੋ ਬਲਾਕ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਤੋਂ ਸਿਰਫ ਦੋ ਬਲਾਕ ਤੇ ਆਰਸਨਵੇ ਐਂਡ ਰੂਜ਼ੀਵਲ ਹਾਂਜੀ ਇਹ ਦੋ ਥਾਵਾਂ ਦੇ ਕੋਰਨਰ ਤੇ ਦੋ ਬੈਡਰੂਮ ਅਪਾਰਟਮੈਂਟ ਕੰਪਲੈਕਸ ਖਰੀਦ ਕੇ ਖਾਰਸਾ ਕਲੱਬ ਨਾ ਰੱਖਿਆ ਵੀ ਜੋ ਸਟੂਡੈਂਟ ਇਥੇ ਹੁੰਦੇ ਆ ਸਾਡੇ ਫ੍ਰੀ ਰੈਂਟ ਤੇ ਫ੍ਰੀ ਪੜ੍ਹਦੇ ਜੀ ਕਿੰਨੇ ਸਟੂਡ ਮੈਨੂੰ ਜਦ ਜਰਨੈਲ ਸਿੰਘ ਖਿਆੜਾ ਉਹਦੇ ਵੀ ਗੁਜ਼ਰ ਗਏ ਉਹ ਉਥੇ ਰਹੇ ਸੀਗੇ ਉਹ ਕਹਿੰਦੇ ਸੀਗੇ ਵੀ ਦੇਖੋ ਕਿਆ ਕਮਾਲ ਸੀਗਾ ਕਿ ਇੱਥੇ ਬਜ਼ੁਰਗਾਂ ਨੇ ਇੰਨੀ ਸਦੂਰੰਦੇਸ਼ੀ ਕਿ ਦੋ ਪਾਰਟ ਨੂੰ ਬੈੱਡਰੂਮ ਲੈ ਕੇ ਦਿੱਤਾ ਸਨ ਉਥੇ ਉਹ ਤੋਂ ਬਾਅਦ ਉਹ ਟੈਟ ਹੋ ਗਿਆ ਤੇ ਤੂਏ ਪੈ ਗਏ ਜਦੋਂ ਅਸੀਂ ਵਰਕਲਿਪੜਨ ਆਇਆ ਮੈਂ ਉਦੋਂ 69 ਨਿਕਲ ਸਟਾਡ ਉਦੋਂ થી ਸ਼ੁਰੂ ਕੀਤਾ ਵੀ ਮਲਬਾ ਸਾਫ ਕਰੋ ਕਰਕੇ ਇੱਥੇ ਆਪਾਂ ਮਾਰਮਰ ਬਣਾਵਾਂਗੇ ਤੇ ਮੈਂ ਵਰਕਲਿਪੜਦਾ ਸੀ ਉਸ ਤੋਂ ਬਾਅਦ ਮੇਰਾ ਮੈਨੂੰ ਕੰਪਨੀ ਕਰਕੇ ਟਰਾਂਸਫਰ ਹੋ ਗਈ ਤੇ ਜੋ ਜੋ ਚਸਰਬਰ ਮੁੜਿਆ ਤੇ ਉਹ ਸਾਡੇ ਬੈਸਟ ਸਟਾਰਟਿੰਗ ਗੁਰਦੁਆਰਾ ਕਮੇਟੀ ਨੇ ਭੇਜ ਦਿੱਤਾ ਨਹੀਂ ਇਤਨੀ ਜ਼ਬਰਦਸਤ ਜ਼ਮੀਨ ਸੀ ਉਹ ਉੱਥੇ ਕੋਈ ਨਾ ਕੋਈ ਮਾਨਮਨਟ ਕੋਈ ਮਮੋਲ ਬਣਾਇਆ ਜਾ ਸਕਦਾ ਸੀ ਚਲੋ ਜੋ ਹੋਇਆ ਮਤਲਬ ਗੱਲ ਇਥੇ ਆਉਂਦੀ ਹੈਗੀ ਹੈ ਕਿ ਉਹਨਾਂ ਨੇ ਪ੍ਰੇਪੇਅਰਡ ði ਗਰਾਉਂਡ ਫਾਰ ਏ ਏ ਰੈਵੋਲੂਸ਼ਨ ਟੂ ਟੇਕ ਪਲੇਸ ਜੀ ਦੇਖੋ ਲਾਲਾ ਹਰਦਿਆਰ ਨੂੰ ਨਾਲ ਹੀ ਕਰਦੇ ਅਸੀਂ ਬੜਾ ਉਹ ਇੰਟੈਲੀਜੈਂਸੀ ਉਹਦੀ রাইਟਿੰਗ ਦੇ ਵਿੱਚ ਉਹਦੀ ਸਪੀਚ ਦੇ ਵਿੱਚ ਬੜਾ ਕਮਾਲ ਸੀਗਾ ਲੋਕ दंग ਰਹੇ ਜਿੰਨ ਸੀ ਉਹ ਸੀਗਾ ਕਿਉਂਕਿ ਉਹਨੇ ਰੜ ਕੇ ਉਦੋਂ ਜਦੋਂ ਇਕੱਠੇ ਸਟੋਰੀਆ ਇਕੱਠੇ ਹੋਏ April 1913 ਚ ਉਹ ਉਦੋਂ ਉਹਨਾਂ ਨੇ ਤੇ ਹਿੰਦੀ ਐਸੋਸੀਏਸ਼ਨ ਪਾਰਟੀ ਬਣਾਈ ਤੇ ਫੈਸਲਾ ਕੀਤਾ ਗਦਰ ਅਖਬਾਰ ਚੱਲਾਂਗੇ ਤੇ ਬਾਅਦ ਚ ਹਿੰਦੀ ਐਸੋਸੀਏਸ਼ਨ ਦਾ ਨਾਮ ਗਦਰ ਪਾਰਟੀ ਬਣ ਗਿਆ ਜੀ ਜੂਨ ਦਿਨ 1913 ਚ ਉਹਨਾਂ ਦਾ ਗਦਰ ਪਾਰਟੀ ਬਣ ਗਿਆ ਪਰ ਉਹਨਾਂ ਦੇ ਨਾਲ ਜਿਹੇ ਵਿੱਚ ਸੂਨ ਸਿੰਘ ਪਕੜਨਾ ਔਰ ਹਰਦੇਆਰ ਸਭ ਤੋਂ ਪਕੜਨਾ ਵਾਸਤੇ ਪ੍ਰੈਜ਼ੀਡੈਂਟ ਹਰਦੇਆਰ ਸਭ ਤੋਂ ਵਾਸਤੇ ਸਕੱਰੇਟਰੀ ਜੀ ਉਹ ਬਣਾ ਕੇ ਤੇ ਅੱਜ ਇੱਥੇ ਆ ਕੇ ਸੈਨ ਫਰਾਂਸਿਸਕੋ 436 ਹਿੱਲ ਸਟ੍ਰੀਟਸ 'ਤੇ ਵਾਸਕੇ ਨੇ ਦਿੱਤੇ ਕਿ ਉਹਨਾਂ ਨੇ ਆਪਣਾ ਆਸ਼ਰਮ ਬਣਾਇਆ ਉੱਥੇ ਉਹ ਪ੍ਰੈਸ ਵੀ ਲੈ ਗਏ ਤੇ ਸਭ ਕਰਦੇ ਰਹੇ ਸੀਗੇ ਇੱਕ ਇੱਕ ਬੜੀ ਇੰਟਰਸਿੰਗ ਚੀਜ਼ ਥੋੜੀ ਜਿਹੀ ਥੋੜੀ ਜਿਹੀ ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਇਥੇ ਜੀ ਕਿ ਤੁਸੀਂ ਨੋਟ ਕਰੋ ਜੀ ਕਿ ਉਹਦੇ ਵਿੱਚ ਕਿ ਸਾਡੇ ਨੌਜਵਾਨ ਜਿਹੜੇ ਨੇ ਨਾ ਮਤਲਬ ਉਹ ਜਿਨ੍ਹਾਂ ਦੇ ਅੰਦਰ ਇਹ ਸਪਿਰਟ ਸੀ ਵੀ ਕੁਝ ਮਲ ਕਰ ਗੁਜ਼ਨਾ ਹੈ ਉਹਦੇ ਵਿੱਚ ਜਗਤਰਾਮ ਵੀ ਸੀਗਾ ਮਨਸ਼ੀਰਮ ਵੀ ਸੀਗਾ ਔਰ ਕਰਤਾਰ ਸਿੰਘ ਸਰਾਭਾ ਹੋਣੇ ਨੇ ਕਿਸ ਤਰ੍ਹਾਂ ਕਰਕੇ ਗੇੜ-ਗੇੜ ਕੇ ਗੇੜ-ਗੇੜ ਕੇ ਸਾਰੇ ਖ਼ਬਰ ਕਰਨੇ ਪਹਿਲਾਂ ਪਹਿਲਾਂ ਗਦਰ ਅਖ਼ਬਾਰ ਉਰਦੂ ਚੋਂ ਨਾ ਸੀ ਬਾਚਾ ਯਾਨ ਕਰਤਾਰ ਸਿੰਘ ਸਰਬੰਨੇ ਉਹਨੂੰ ਖੁਦ ਪੰਜਾਬੀ ਟ੍ਰਾਂਸਲੇਟ ਕਰਕੇ ਬੇਚ ਕਰਨਾ ਫਿਰ ਹਿੰਦੀ ਤੇ ਗੁਜਰਾਤੀ ਚਾਰ ਕੰਡੀਸ਼ਨ ਹੁੰਦੀ ਸੀਗਾ ਉਸੇ ਇਮੇਜਿਨ ਕਰੋ ਕਿ ਚਾਰ ਅਖਬਾਰ ਕੱਢ ਲੈ ਉਹਨੂੰ ਆਪ ਫਿਜ਼ੀਕਲੀ ਗੇੜ-ਗੇੜ ਕੇ ਫਿਰ ਥੱਬੇ ਬਣਾ ਕੇ ਕਰਤਾਰ ਸਿੰਘ ਸਹਬਾ ਖੁਦ ਜਾ ਕੇ ਪੋਸਟਾ 'ਤੇ ਲੱਗ ਜਾਣਾ ਸਾਈਕਲ ਤੇ ਕਿ ਮਨੀਲਾ ਫਿਲੀਪੀਨ ਬਰਮਾ ਸਿੰਗਾਪੁਰ ਹਾਂਗਕਾਂਗ ਇੰਡੀਆ ਇਨੇ ਜਗ ਪਈਦੇ ਸੀ ਐਂਡ ਡਾਕਟਰ ਸਾਹਿਬ ਇਥੇ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਮੈਨੂੰ ਪਹਿਲੇ ਦੱਸ ਰਹੇ ਸੀ ਕਿ ਜਿੰਨਾ ਤੱਕ ਇਹ ਅਖਬਾਰ ਉਹ ਪਹੁੰਚਾਉਂਦੇ ਸੀ ਆਮ ਉਹਨਾਂ ਦੀ ਮਤਲਬ ਜੋ ਲੋਕੇਸ਼ਨ ਸੀ ਉਹਨੂੰ ਵੀ ਗੁਪਤ ਰੱਖਣ ਲਈ ਕਿ ਐਕਸਟਰੋਡਨਰੀ ਮੈਜਰਸ ਲਿੱਤੇ ਜਾਂਦੇ ਸੀ ਉਹਦੇ ਬਾਰੇ ਵਿੱਚ ਸਿੱਧਕਾ ਜਗਤ ਸਿੰਘ ਸੀਗਾ ਰਾਜ ਜਗਤ ਰਾਏ ਯੂ نو ਉਹਨੇ ਜ਼ੁਬਾਨੀ ਐਡਰੈਸ ਜਦ ਕਿਤੇ ਬੈਠੇ ਜੀ ਪਿੱਤਾ ਜੋ ਜਿੱਥੇ ਅਖਬਾਰ ਜਾਂਦੇ ਨੇ

ਪਰ ਉਹਨਾਂ ਨੇ ਅਵੇਅਰਨੈਸ ਲਿਆਂਦੀ ਆਲ ਓਵਰ ਦੀ ਵਰਡ ਕਿਸੇ ਕਲਾਮਾ ਸਾਨੂੰ ਐ ਕਰਨਾ ਚਾਹੀਦਾ ਕਿ ਹੁਣ ਚਾਹੀਦਾ ਲੇਕਿਨ ਅੱਜ ਕੱਲ੍ਹ ਦੇਖੋ ਅੱਜ ਕੱਲ੍ਹ ਦੇਖੋ ਆਰਮ ਚ ਅੱਜ ਕੱਲ੍ਹ 30 ਸਮਾਰਟ 30 ਕਾ ਬੰਦੇ ਬੈਠੇ ਨੇ ਆਪਣੇ ਕੋਈ ਕੋਈ ਆਈਐਸ ਰਿਟਾਇਰ ਹੋਇਆ ਕੋਈ ਪਲਾਨ ਰਿਟਾਇਰ ਹੋਇਆ ਕੁਝ ਹੋਇਆ ਰਿਟਾਇਰ ਹੋਣ ਤੋਂ ਬਾਅਦ ਹੁਣ ਬੜੀਆਂ ਸੰਗੀਆਂ ਗੱਲਾਂ ਕਰਦੇ ਨੇ ਉਹ ਜੇ ਐ ਹੋ ਗਿਆ ਸੀ ਯਾਨੀ ਐ ਕਰ ਲੈਂਦੇ ਸੀ ਐ ਖਰਾਬ ਹੋ ਗਿਆ ਜਿਵੇਂ ਸਾਡੇ ਤੇ ਜਿਹਨੇ ਕਹਿੰਦੇ ਨੇ ਐਕਸਪਰਟ ਇਜ਼ ਅ ਵਨ ਹੂ ਕੈਨ ਐਕਸਪਲੇਨ ਫੇਲਰ ਬੈਸਟ ਯਾ ਉਹ ਇਦਾਂ ਸਪੀਕ ਕਰਦੇ ਆ ਨਾ ਚੰਡੀਗੜ੍ਹ ਬੈਠੇ ਨੇ 75% ਆਫ ਚੰਡੀਗੜ੍ਹ ਗੋਲਫ ਕਲੱਬ ਦੇ ਮੈਂਬਰ ਸਿੱਖ ਨੇ ਕਦੇ ਪ੍ਰਿੰਟ ਕਿਤੇ ਗਏ ਨਹੀਂ ਗਏ ਕਦੇ ਇਹਨਾਂ ਨੇ ਆਪਣੀ ਅਕਲਮੰਦ ਇਕੱਠੀ ਹੋ ਕੇ ਅੱਵੇ ਇਹਨਾਂ ਚ ਲਿਆਂਦੀ ਨਹੀਂ ਜੇ ਤੁਸੀਂ ਉਹਨਾਂ ਨੂੰ ਕੁਝ ਨਹੀਂ ਕੀਤਾ ਚਾਹੇ ਤੁਸੀਂ ਸਟੇਟਿਸ਼ਸ ਤੋਂ ਪਰ ਤੁਸੀਂ ਭਾਈ ਵਾਲੋਂ ਪੰਜਾਬ ਨੂੰ ਇਦਾਂ ਥੱਲੇ ਲਿਆਂਚ ਇਸ ਕਰਕੇ ਮੈਂ ਲਲਕਾਰ ਕੀ ਕਹਾਂਗਾ ਕਿ ਜੋ ਉਹਨਾਂ ਨੇ ਇਹ ਕੰਮ ਕਰ ਦਿਖਾਇਆ ਕੀ ਉਮਰ ਸੀ ਉਹਨਾਂ ਦੀ ਬਾਬੇ ਨਹੀਂ ਸੁਣੋ ਜੀ ਦਵਾਲਾ ਸਿੰਘ ਬ 36 ਹੀ ਯਰੋਲ विशाखा सिंह के बाद ओनली 35 इयर ईयर ओल्ड बाय दैट टाइम तेजा सिंह तीन साल बाद 32 इयर ओल्ड ओनली सोन सिंह पखना बाद 42 इयर ईयर ओल्ड दे वर ऑल यंग आर्टिकुलेट वेल डिसिप्लिन एंड ग्राउंडेड इन सिख फेथ ये मैं कहना चाहता मेरे बिना कोई बंद बरखिलाफ हो जाए कोई किसी ने कद भी अपने ना दे लाश ना नहीं यूज किया मैं गड़ेवाल हाँ मैं गिल या फलाना हाँ ना के देख जाओ स्टार्टिंग गुरुद्वारा लाइब्रेरी देखो जाके ਕਿਸੇ ਬੰਦੇ ਦਾ ਕਿਉਂ ਨਾਮ ਲਿਖਿਆ ਹੋਇਆ ਜੀ ਅੱਜ ਕੱਲ ਕੀ ਹੈ ਕਿ ਫਰਾਣਾ ਕਰੇਬ ਆਪ ਤਿੰਗਾ ਏਗਰ ਸਿੰਘ ਦੇ ਨਾਮ ਵਿੱਚ ਕੱਟ ਹੀ ਦਿੱਤਾ ਹਾਂ ਸਾਲ ਦੀ ਦਿੱਤੀ ਹੋਈ ਚੀਜ਼ ਉਹ ਤਾਂ ਤੁਸੀਂ ਚਲ ਕੇ ਬਾਹਰ ਮਾਰੀ ਪੰਜਾਬ ਜਵੰਦਾਰ ਗੋਰਾ ਦੇ ਨਾਂ ਤੇ ਜੇ ਗੋਰਾ ਦਾ ਨਾਂ ਹੀ ਵਿੱਚੋਂ ਕੱਢ ਦਿੱਤਾ ਤੇ ਫਿਰ ਕਹਿੰਦੇ ਸਾਡੇ ਕੀ ਨਿਕਲਣਾ ਹੋਵੇ ਲੇਕਿਨ ਗੱਦੀ ਬਾਬਿਆਂ ਦਾ ਜਿਨੂੰ ਕਹਿੰਦੇ ਆ ਇਹਨਾਂ ਦੇਖੋ ਜਾ ਕੇ ਪੜੋ ਕਿੰਨੀਆਂ ਫੋਟੋ ਕਪਿੰਗ ਲੈ ਦੂਜੇ ਨੇ ਹਰਦਿਆਲ ਇਹਨੂੰ ਜਿੰਨੇ ਸਿੱਖ ਨੇ ਕਿਸੇ ਨੇ ਵੀ ਆਪਣੇ ਨਾਲ ਜੀ ਕਰਨਾ ਜ਼ਰੂਰੀ ਹੈ ਨਾ ਜਰੂਰ ਯਾਦ ਕਰੋ ਇਸ ਮੁਲਕ ਚ ਲੋੜ ਪੈਂਦੀ ਸਨ ਲਾਸਨਾ ਦੀ ਸਿੰਘ ਪਰ ਸਿੰਘ ਤਾਂ ਵਿੱਚ ਰੱਖੋ ਜੀ ਬਿਲਕੁਲ ਦੇ ਵਿੱਚ ਰੱਖੋ ਡਾਕਟਰ ਸਾਹਿਬ ਡਾਕਟਰ ਮੁਕਦੀ ਮੈਂ ਹੋਰ ਪਾਸੇ ਲੈ ਗਿਆ ਨਹੀਂ ਨਹੀਂ ਇਟਸ ਕਿ ਇਟਸ ਕਿ ਡਾਕਟਰ ਸਾਹਿਬ ਯੂ نو ਯੂ ਆਰ ਸੋ ਰਾਈਟ ਉਦਾਂ ਕਹਿੰਦੇ ਹੁੰਦੇ ਆ ਕਿ ਅਗਰ ਤੁਸੀਂ ਹਿਸਟਰੀ ਤੋਂ ਸਿੱਖਦੇ ਨਹੀਂ ਹੋ ਦੈਨ ਯੂ ਆਰ ਡੂਮਡ ਟੂ ਰਿਪੀਟ ਇਫ ਯੂ डोंਟ ਲਰਨ ਫ্রম ਹਿਸਟਰੀ ਯੂ ਆਰ ਡੂਮਡ ਟੂ ਰਿਪੀਟ ਬਟ ਇੱਥੇ ਤਾਂ ਹਿਸਟਰੀ ਬਾਰੇ ਸਿੱਖ ਕੇ ਸ਼ਾਇਦ ਆਮ ਜੋ ਕਰੰਟ ਟ੍ਰੈਂਡ ਹੈਗਾ ਉਨੂੰ ਆਪਾਂ ਤੋੜ ਸਕਦੇ ਆ ਆਮ ਆਮ ਸੋ ਗਲੈਡ ਕਿ ਕਨਵਰਸੇਸ਼ਨ ਹੋ ਰਹੀ ਏ ਖੋਟ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਆਂ ਡਾਕਟਰ ਸੁਖਮੰਦਰ ਸਿੰਘ ਜੀ ਕਿਥੇ ਨਾ ਜਾਓ ਵਿਊਅਰਸ ਤੁਸੀਂ ਵੀ ਕਿਥੇ ਨਾ ਜਾਓ ਸੰਤੇਜਾ ਸਿੰਘ ਜੀ ਦੀ ਤੇ ਸਿੱਖ ਇਤਿਹਾਸ ਦੀ ਗੱਲ ਹੋ ਰਹੀ ਏ ਜੋ ਕਿ ਨਾ ਕਿ ਸਿਰਫ ਇੰਡੀਆ ਦੇ ਵਿੱਚ ਰਚਿਆ ਗਿਆ ਬਟ ਇੱਥੇ ਅਬਰਾਡ ਦੇ ਵਿੱਚ ਯੂ ਐਸ ਕੈਨੇਡਾ ਨਾਰਥ ਅਮਰੀਕਾ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵੇਖਣ ਨੂੰ ਮਿਲਿਆ ਉਹਦੀ ਗੱਲ ਹੋ ਰਹੀ ਏ ਕੱਲ ਚਾਹੀ ਰਹੀ ਬ੍ਰੇਕ ਤੋਂ ਬਾਅਦ ਮੇਰੇ ਮੁੜ ਹਾਜ਼ਰ ਹੋਏ ਆਂ ਤੇ ਗੱਲ ਹੋ ਰਹੀ ਹੈ ਸੰਤੇਜਾ ਸਿੰਘ ਜੀ ਦੀ ਤੇ ਇਤਿਹਾਸ ਦੀ ਇਤਿਹਾਸ ਤੋਂ ਸ਼ਾਇਦ ਅਸੀਂ ਵੀ ਕੁਝ ਸਿੱਖ ਕੇ ਆਪ ਦਾ ਫਿਊਚਰ ਇੰਪਰੂਵ ਕਰ ਸਕਦੇ ਆਂ ਤੇ ਸਾਡੇ ਨਾਲ ਜੁੜੇ ਹਨ ਡਾਕਟਰ ਸੁਖਮੰਦਰ ਸਿੰਘ ਜੀ ਡਾਕਟਰ ਸਾਹਿਬ ਇੱਕ ਬਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਆਂ ਡਾਕਟਰ ਸਾਹਿਬ ਸੰਤ ਤੇਜਾ ਸਿੰਘ ਜੀ ਦੀ ਜੋ ਲੇਗਸੀ ਅਮ ਕਾਸ ਕਰਕੇ ਨਾਰਥ ਅਮਰੀਕਾ ਦੇ ਵਿੱਚ ਸਗੀ ਪਾਵੇਂ ਉਹ ਵੈਨਕੂਵਰ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਸਿੱਖਾਂ ਨੂੰ ਉਸ ਵੇਲੇ ਜੋ ਉਹਨਾਂ ਦਾ ਅ ਮਤਲਬ ਡੂਮਡ ਫੇਟ ਸੀਗਾ ਉਸ ਨੂੰ ਰਿਵਰਸ ਕੀਤਾ ਸਿੱਖਾਂ ਦੀ ਪਛਾਣ ਬਣਾਈ ਜਾਂ ਕੈਲੀਫੋਰਨੀਆ ਦੇ ਵਿੱਚ ਜਾ ਕੇ ਆਮ ਕਿਸ ਤਰ੍ਹਾਂ ਉਹ ਇਨਸਟਰੂਮੈਂਟਲ ਸੀ ਯੂ نو ਇੱਕ ਮੈਂ ਆਰਟੀਫੈਕਟ ਸ਼ੇਅਰ ਕਰਨਾ ਚਾਹੁੰਦੀ ਸੀ ਆਮ ਗੱਲ ਹੋ ਰਹੀ ਸੀ ਬਾਇਲॉज ਦੀ ਤੇ ਕਿਸ ਤਰ੍ਹਾਂ ਸਟਾਕਟਨ ਦੇ ਵਿੱਚ ਪੈਸੀਫਿਕ ਖਾਲਸਾ ਦੀਵਾਨ ਸੁਸਾਇਟੀ ਨੂੰ ਬਣਾਇਆ ਗਿਆ ਇਹ ਤੁਸੀਂ ਰੈਕੋਰਡ ਸਾਡੇ ਨਾਲ ਸ਼ੇਅਰ ਕੀਤਾ ਸੀ ਇਹਦੇ ਤੇ ਸਿਗਨੇਚਰ ਹੈਗਾ ਸੰਤੇਜਾ ਸਿੰਘ ਜੀ ਦਾ ਤੇ ਤਾਰਾ ਸਿੰਘ ਜੀ ਦਾ ਇਦੇ ਬਾਰੇ ਥੋੜਾ ਜਿਹਾ ਤੁਸੀਂ ਹੋਰ ਇੱਕ ਵਾਰੀ ਦੱਸੋ ਆਈ ਜਸਟ ਵਾਂਟ ਟੂ ਸ਼ੇਅਰ ਦਿਸ ਆਰਟੀਫੈਕਟ ਟੂ ਈਵਰਜ਼ ਐਨਾਲ ਉਹ 27 ਮਈ 1912 ਜੀ ਇਹ ਕੁਇਕ ਸਾਰਾ ਬੰਦੇ ਨੇ 17 ਜੀ ਤੇ ਅ ਸਤੇਜ ਸਿੰਘ ਉਹ ਪ੍ਰਧਾਨ ਸੀਗੇ ਪਹਿਲੇ ਪ੍ਰਧਾਨ ਪੈਸੀਫਿਕ ਕੋਸਟ ਖਾਲਸਾ ਦੇਵਾਨ ਸੋਸਾਇਟੀ ਦੇ ਅੰਡਰ ਗੁਰਦੁਆਰਾ ਪੈਸੀਫਿਕ ਕੋਸਟ ਖਾਲਸਾ ਦੇਵਾਨ ਸੋਸਾਇਟੀ ਤੇਜ ਸਿੰਘ ਫਰਸਟ ਪ੍ਰੈਜ਼ੀਡੈਂਟ ਹੀ ਰੋਡ ਦਾ ਬਾਇਲਾਜ਼ ਇਨ ਕਨਸਟੀਟਿਊਸ਼ਨ ਵਾਓ ਤਾਰਾ ਸਿੰਘ ਵਾਦਰ ਸੈਕਟਰੀ ਉਹਨੇ ਤਰੇ ਦਸ ਕਰ ਦਵਾ ਦੇ ਇਹਨਾਂ ਨੇ ਉੱਥੇ ਇਹ ਕਰਾਈ ਉੱਤੇ ਲਿਖਿਆ ਨਾ ਆਰਟੀਕਲ ਇਨ ਕਾਰਪੋਰੇਸ਼ਨ ਜੀ ਔਰ ਇਹਦੇ ਹੁਣ ਤੱਕ ਵੀ ਉਸ ਕਨਸਟੀਟਿਊਸ਼ਨ ਤੇ ਪੜ ਕੇ ਦੇਖੋ ਨਾ ਉਹਦੇ ਚ ਇੰਨੀ ਆਪਸ ਵਿੱਚ ਦੀ ਪ੍ਰਾਇਵਲਾ ਆਪਸ ਵਿੱਚ ਦੀ ਟੋਲਰੈਂਸ ਆਪਸ ਵਿੱਚ ਦੀ ਕਰਦੀ ਇੰਨੀ ਕਮਾਲ ਦੀ ਕੋਈ ਰੂਮ ਹੀ ਨਹੀਂ ਕਿ ਜਿਵੇਂ ਅੱਜ ਕੱਲ ਲੜਾਈਆਂ ਹੋ ਰਹੀਆਂ ਨੇ ਯੂ نو ਮੈਂ ਪ੍ਰਧਾਨ ਬਣ ਗਿਆ ਮੈਂ ਇਹਨਾਂ ਨੂੰ ਦੂਜੀ ਕਹਿੰਦੇ ਜਿਵੇਂ ਵੋਟਰ ਪੈਂਦੀ ਹੈ ਨਾ ਜੀ ਨਾ ਔਰ ਇਹਨਾਂ ਦੀ ਇੱਕ ਵਿਜਡਮ ਜਿਹੜੀ ਸੀ ਨਾ ਕਮਾਲ ਦੀ ਸੀ ਨਾ ਇਹ ਰੱਖਿਆ ਕਿਉਂ ਉਹਨਾਂ ਨੂੰ ਕਿ ਹੁਣ ਨਾ ਤੇ ਕਨਸਟੀਟਿਊਸ਼ਨ ਦੇ ਬਾਈਲਾਜ਼ ਇਹ ਰੱਖੋ ਸਿਰਫ ਪੈਸੀਫਿਕ ਪੋਸਟ ਕਾਰਟਸ ਆ ਦਿਵਾਨ ਸੋਸਾਇਟੀ ਪੈਸੀਫਿਕ ਕੋਸਟ ਸਾਰਾ ਪਸੁਖਾਸ ਦਵਨੀ ਫਰੇਜ਼ਲੋ ਪੈਸੀਫਿਕ ਕੋਸਟ ਦਵਨੀ ਬੇਕਰਸਫੀਲਡ ਪੈਸਪਾਟਨ ਲੇ ਐਂਡ ਆਲ ਦੈਟ ਦੇਖੋ ਕੀ ਕਮਾਲ ਦੀ ਵਿਜਡਮ ਸੀਗੀ ਲੇਕਿਨ ਜੋ ਉਥੇ ਹੋਇਆ ਜਿੰਮ ਹੋਇਆ ਹਾਲ ਤੱਕ ਉਥੇ ਪਈ ਹੈਗੀ ਆ ਮੈਂ ਅੱਪ ਜਾਣ ਕੇ ਕਿ ਨਾ ਲੈਸ ਉਥੋਂ ਕਾ ਉਹਨਾਂ ਦੇ ਕੁਝ ਸੀ ਜਿਦੋਂ फाइनल ਜਿਹੜਾ ਪੇਜ ਹੈਗਾ ਤੁਸੀਂ ਨੋਟ ਕਰੀ ਚਲੋ ਉਹਦੇ ਲਿਖਿਆ ਜਗਾ ਦਾ ਉਹ ਵਰਕਲਿਚ ਹੈ ਹੌਟ ਵੈਲ ਹੈ ਹੌਲਟ ਹੌਲਟ ਦਿੱਥੇ ਲਿਖਿਆ ਹੈ ਨਾ ਆਲਸੋ ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਥੋੜੀ ਮੈਂ ਗੱਲ ਬੜੀ ਇੰਟਰਸਟਿੰਗ ਜਿਆਦਾ ਬਹੁਤ ਜ਼ਰੂਰੀ ਜੀ ਜੀ ਇੱਕ ਦੇਖੋ ਤਾਂ ਇਹ ਚੀਜ਼ ਮੈਂ ਕਿਸੇ ਦੀ ਵੀ ਕੰਟਰੀਬਿਊਸ਼ਨ ਨੂੰ ਬਿਲिटल ਨਹੀਂ ਕਰਨ ਲੱਗਿਆ ਬਹੁਤ ਬੰਦੇ ਨੇ ਕੰਟਰੀਬਿਊਟ ਕੀਤਾ ਗਦਰ ਮੂਵਮੈਂਟ ਦੇ ਵਿੱਚ ਲਾਲਾ ਹਰਦੀਆਲ ਪਿੰਗਲੇ ਰਾਮਚੰਦਰ ਐਸ ਆਰ ਐ ਬਹੁਤ ਕੀਤੇ ਪਰ ਲੇਕਨ ਸਮ ਹਾਉ ਦਿ ਅਦਰ ਜੇ ਮੈਂ ਉੱਥੇ ਜਾ ਕੇ ਦੱਸਾਂ ਇਥੇ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਥੋੜਾ ਜਨਾ ਇਹਨੂੰ ਸੁਣਾ ਬੁਝਾ ਕੀਤਾ ਜਾਂਦਾ ਹੈ ਤੇ ਜਾਂ ਯੂ نو ਸਾਈਡ ਲਾਈਨ ਕੀਤਾ ਜਾਂਦਾ ਕਿ ਤੇਜਾ ਸਿੰਘ ਦੀ ਕੰਟਰੀਬਿਊਸ਼ਨ ਕੀ ਸੀ ਤੇਜਾ ਸਿੰਘ ਦੀ ਕੰਟਰੀਬਿਊਸ਼ਨ ਅਸਲੇ ਤੇ ਇਹ ਸੀਗੀ ਕਿ ਉਹਨਾਂ ਨੇ ਗਰਾਉਂਡ ਵਰਕ ਤਿਆਰ ਕਰਤਾ ਫਾਰ ਦਾ ਕਦਰ ਮੂਵ ਟੂ ਟੇਕ ਰੂਟ ਐਂਡ ਬਲਸਮ ਔਰ ਕਿਦਾਂ ਕੀਤਾ ਇਹ ਸਾਫ ظاہر ਹੈਗਾ ਕਿ ਗਦਰ ਦੇ ਖਬਰਦਾਰ ਦੇ ਟਾਪ ਤੇ ਲਾਈਨ ਸੀ ਨਾ ਉਹ ਗੁਰੂਗ੍ਰਾਂਧ ਸਾਹਿਬ ਤੇ ਲਾਈ ਗਈ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਲ ਤਲੀ ਗਲੀ ਮੇਰੀ ਆਓ ਇਹ ਲਿਖਣਾ ਚਾਤੇ ਇਹ ਜਸ ਸਿੰਘ ਨੇ ਇੱਕ ਕਮਿਸ਼ ਕਰਤਾ ਸਾਡੇ ਬੰਦੇ ਨੂੰ ਕਿ ਬਈ ਹੁਣ ਬਥੇਰੀ ਗੁਲਾਮੀ ਦੇ ਲਈ ਗੁਲਾਮੀ ਕਰ ਲਈ ਹੁਣ ਗ੍ਰੈਜੂਅਲੀ ਦੇ ਟੈਂਡਡ ਟੁਵਰਡਸ ਮਿਲਿਟੈਂਸੀ ਵੀ ਹੁਣ ਇਹ ਪਹਿਲਾਂ ਬਲਾ ਲੈਣੀ ਪਈ ਐ ਔਰ ਸਾਡੇ ਬੰਦਿਆਂ ਚ ਉਹ ਜੋਸ਼ ਆ ਚੁੱਕਿਆ ਸੀ ਜੋ ਇਸ ਤਰ੍ਹਾਂ ਨਾਲ ਉਹਨੇ ਲੈਕਚਰ ਦਿੱਤੇ ਗੁਰੂਸ ਕੀਤੇ ਉਹਨੇ ਦੱਸਿਆ ਵੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਐਸੇ ਕਿਰਤੀ ਧਰਮੀ ਤੇ ਰੋਹਾਨੀਤ ਬੰਦੇ ਪੈਦਾ ਕੀਤੇ ਮਹਾਬਲੀ ਤਕੜੇ ਔਰ ਇਦੀ ਚੜ੍ਹਦੀ ਕਲਾ ਜ ਮਹਾਰਾਜਾ ਰਾਜੇ ਵੀ ਤਖਤ ਤੇ ਬੈਠਾ ਇਹਨਾਂ ਨਾਲ ਉਹ ਕੁੰਜੀਆਂ ਸੰਭਜ ਨੇ ਉਹ ਸੰਗੀ ਜਦੋਂ ਉਹਨਾਂ ਨੇ ਕੀਤਾ ਨਾ ਤੇ ਕਮਾਲ ਹੋ ਗਿਆ ਇੱਕ ਹੋਰ ਗੱਲ ਇਨਸੀਡੈਂਟ ਦਾ ਤੁਹਾਨੂੰ ਜੀ ਡਾਕਟਰ ਸੁਲਤਾਨ ਤਰਚਸ ਸਾਡੇ ਘਰੇ ਰਹੇ ਜਿਨ੍ਹਾਂ ਦੇ ਚੈਮਸਟੂਨ ਸੀ ਬਰਪਲੇ ਜੀ ਤੇ 76 ਦੀ ਗੱਲ ਹੈ ਉਹ ਲਿਖਲੇ ਸੀ ਲੈਕਚਰ ਰਿਸਰਚ ਕਰ ਰਹੀ ਸੀ ਤੇ ਉਹ ਯੂਨੀਵਰਸਿਟੀ ਦੀ ਲੈਬ ਵਿੱਚ ਗਈ ਤੇ ਇੱਕ ਦਿਨ ਮੈਨੂੰ ਕਹਿਣ ਲੱਗੇ ਮੈਂ ਲੈਬ ਵਿੱਚ ਭੁੰਗੜ ਟੋਣ ਦਾ ਕਲਕੱਤਾ ਰਿਵਿਊ ਇੱਕ ਹੈਗਾ ਮੈਗਜ਼ੀਨ ਉਹ ਦੇਖਿਆ ਪੂਰੀ ਜਿਹੀ ਸਟੋਰੀ ਸੀ ਕਿ ਇਹਨਾਂ ਅਮਰੀਕਨਾਂ ਨੇ ਇਹ ਦੇਖਿਆ ਵੀ ਕਿਉਂਕਿ ਇਹ ਜੇ ਬਜ਼ੁਰਗ ਸੀ ਨਾ ਕਈ ਜਿਹੜੇ ਆਪਨ ਬਾਪੇ ਚੁੱਕਿਆ ਨੇ ਜੁਣ ਕੇ ਨੇ ਗਦਰੀ ਨੌਜਵਾਨ ਇਹ ਰਾਤੀ ਵੀ ਕੰਮ ਕਰਦੇ ਸੀ ਕਿ ਜਦੋਂ ਇਹ ਅਖਬਾਰ ਚੁਣਨਾ ਸੀ ਬੜਾ ਮੁਸ਼ਕਲ ਸੀਗਾ ਰਾਤੀ ਕੰਮ ਕਰਨਾ ਤੇ ਇਹਨਾਂ ਨੇ 4 ਕਵਜੇ ਨਾਲ ਛੁੱਟੀ ਲੈ ਗਈ ਨਾ ਸਾਰੇ ਨੇ ਤੇ ਅਲੱਗ-ਅਲੱਗ ਜਗ੍ਹਾ ਬੈਠਣਾ ਤੇ ਫਿਰ ਘੰਟੇ ਪੌਣੇ ਘੰਟੇ ਬਾਅਦ ਵਾਪਸ ਆ ਜਾਣਾ ਇਹਨਾਂ ਨੇ ਸਮਝਿਆ ਕਿ ਕਨਸਪੀਰੇਸੀ ਕਰ ਰਹੇ ਐ ਇਹਨਾਂ ਨੇ ਚੁੱਪ ਕਰਕੇ ਇੱਕ ਬੰਦਾ ਇਹਦੇ ਮਗਰ ਲਾਇਆ ਇੱਕੋਰਾ ਕਿ ਪਤਾ ਕਰੇ ਕਰਦੇ ਕੀ ਨੇ ਤੇ ਕੀ ਸੂਚੀ ਜਾ ਰਹੇ ਨੇ ਉਹਦੀ ਰਿਪੋਰਟ ਕਹਿੰਦਾ ਤਰੋਚ ਸਿੰਘ ਦੱਸਿਆ ਵੀ ਕਲਕੱਤੇ ਰਹੀ ਸੀਗੀ ਉਹਨੇ ਕੋਰਟ ਚ ਦਿੱਤਾ ਬੁਲਾਉਣ ਕਹਿੰਦਾ ਕਿ ਮੈਂ ਜਾ ਕੇ ਦੇਖਿਆ ਇਹ ਅਲੱਗ-ਅਲੱਗ ਇਹਨਾਂ ਦਾ ਬੂਟਾ ਮੇਥੇ ਬੈਹ ਜੰਦੇ ਨੇ ਇਹ ਪਤਾ ਨਹੀਂ ਕੀ ਕਰਦੇ ਐ ਆ ਵਾਇਗਰੂ ਵੈਗ ਨੂੰ ਪਤਾ ਨਹੀਂ ਇਹਦੇ ਕੋ ਬੋਲਦੇ ਰਹਦੇ ਕਰਦੇ ਤੇ ਘੰਟੇ ਪੌਣੀ ਘੰਟੇ ਬਾਅਦ ਵਾਪਸ ਆ ਜਾਂਦੇ ਨੇ ਜੀ ਦੇਖੋ ਤੁਸੀਂ ਬੜੀ ਧਿਆਨ ਨਾਲ ਗੱਲ ਸੁਣੋ ਦੀ ਗੱਲ ਹੈਗੀ ਆ ਵੀ ਇਹ ਇੱਕ ਕਾਰਨ ਸੀ ਕਿ ਇਹਨਾਂ ਕੁਝ ਕਰ ਗੁਜ਼ਰੇ ਉਹ ਸੱਚੇ ਦਿਨੋਂ ਬਹਿ ਕੇ ਲੇਵਲਲ ਬੰਦੇ ਸੀ ਦਿਖਾਵੇ ਨਾਲ ਨਹੀਂ ਉਹ ਮਾਰਕ ਪਾਲਕ ਜਿਹੜੀਆਂ ਸਾਰੀਆਂ ਤਾਕਤਾਂ ਸਾਡੇ ਚੰਨਾਂ ਦਾ ਖਜ਼ਾਨਾ ਹੈ ਉਹਨੂੰ ਧਿਆਨ ਰੱਖ ਕੇ ਵੀ ਸੱਚੇ ਪਾਸ਼ਾ ਸਾਡੇ ਐਂਗਸਾਂਗ ਹੋਈ ਪਾਵੇਂ ਉਹ ਬਾਇਗਰ ਉਹ ਕਰਦੇ ਸੀ ਨਹੀਂ ਕਰਦੇ ਸੀ ਪਰ ਉਹ ਲੈਵ ਲਾ ਕੇ ਉਹ ਤੋਂ ਮੰਗਦੇ ਸੀ ਕਿਉਂਕਿ ਗੁਲਾਮ ਸਨ ਹੁਣ ਰਾਤੀ ਕੰਮ ਕਰਨਾ ਪੈ ਰਿਹਾ ਕੁਛ ਨਹੀਂਗਾ ਪਰ ਫੇਰ ਵੀ ਹਿੰਮਤ ਨਹੀਂ ਛੱਡੀ ਹਿੰਮਤ ਕਿੱਥੋਂ ਲਈ ਤਾਕਤ ਕਿੱਥੋਂ ਲਈ ਚੜ੍ਹਦੀ ਕਲਾ ਕਿੱਥੋਂ ਲਈ ਐਦਾਂ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਵੀ ਗਾਟ ਟੂ ਰੇਮੇਨ ਕਨੈਕਟਿਡ ਇਫ ਯੂ ਰੀਲੀ ਵਾਂਟ ਅਕੰਪਲੀਸ਼ ਸਮਥਿੰਗ ਇਹ ਤੇਜ ਸਿੰਘ ਦਾ ਬੜਾ ਜ਼ਬਰਦਸਤ ਮੈਸੇਜ ਸੀਗਾ ਜਿ ਦੇਖਿਗੇ ਡਾਕਟਰ ਸਾਹਿਬ ਆਮ ਯੂ ਨੋ ਆਈ ਆਈ ਥਿੰਕ ਇਸ ਮੁੱਦੇ ਤੇ ਇਸ ਟਾਪਿਕ ਤੇ ਖਾਸ ਕਰਕੇ ਜੋ ਇਹ ਇਤਿਹਾਸ ਦੇ ਪੰਨੇ ਰਿਹਾ ਆਮ ਸਿੱਖ ਹਿਸਟਰੀ ਦੇ ਵਿੱਚ ਇਹਦੇ ਉਮ ਉਤੇ ਇੱਕ ਐਪੀਸੋਡ ਦਾ ਮਤਲਬ ਜਿਦਾ ਕਹਿੰਦੇ ਨਾ ਇਟਸ ਬੇਰਲੀ ਸਕ੍ਰੈਚਿੰਗ ਦ ਸਰਫੇਸ ਹੈ ਕਿੰਨੀ ਲੰਬੀ ਗੱਲ ਚੱਲ ਸਕਦੀ ਹੈ ਆਮ ਬਟ ਅੱਜ ਸਾਨੂੰ ਇੱਥੇ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਆਮ ਸੰਤ ਤੇਜ ਸਿੰਘ ਜੀ ਦੀ ਜੋ ਲੈਗੇਸੀ ਕਿੰਨੀ ਇਨਸਟਰੂਮੈਂਟਲ ਸੀਗੀ ਨਾ ਕਿ ਸਿਰਫ ਕੈਨੇਡਾ ਬਟ ਯੂ ਐਸ اے ਦੇ ਵਿੱਚ ਐਸਟੈਬਲਿਸ਼ਮੈਂਟ ਸਿੱਖਾਂ ਦੀ ਉਹਦੇ ਲਈ ਬਟ ਇੰਡੀਆ ਦੀ ਇੰਡੀਪੈਂਡੈਂਸ ਮੂਵਮੈਂਟ ਲਈ ਜਿਸ ਤਰ੍ਹਾਂ ਗਦਰਬਾਬੇ ਆਦੀ ਜੋ ਦੇਣ ਸੀਗੀ ਉਹਦੀ ਸ਼ੁਰੂਆਤ ਸੰਤੇਜਾ ਸਿੰਘ ਦੀ ਜਿਸ ਤਰ੍ਹਾਂ ਤੁਸੀਂ ਕਿਹਾ ਉਹਨਾਂ ਨੇ ਉਹ ਬੀਜ ਲਾਇਆ ਸੀ ਇੱਥੇ ਅਮ ਬਟ ਮੈਂ ਪ੍ਰੋਗਰਾਮ ਦੀ ਸਮਾਪਤੀ ਇਹਦੇ ਨਾਲ ਕਰਨਾ ਚਾਹੁੰਦੀ ਆ ਕਿ ਸੰਤੇਜਾ ਸਿੰਘ ਜੀ ਇਵੈਂਚੁਅਲੀ ਵਾਪਸ ਇੰਡੀਆ ਗਏ ਤੇ ਉਹਨਾਂ ਨੇ ਅਮ ਇੱਕ ਇਹੋ ਜੀ ਸੰਸਾ ਦੀ ਸ਼ੁਰੂਆਤ ਕੀਤੀ ਜੋ ਹਲੇ ਵੀ ਅੱਜ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਅਮ ਐਜੂਕੇਸ਼ਨ ਤੇ ਸਾਇੰਸ ਬੇਸਡ ਐਜੂਕੇਸ਼ਨ ਅਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਰੇਟ ਕਰ ਰਿਹਾ ਹੈ ਉਹਦੇ ਬਾਰੇ ਕੁਝ ਤੁਸੀਂ ਸਾਡੇ ਨਾਲ ਮਾੜਾ ਜਿਹਾ ਸ਼ੇਅਰ ਕਰੋ ਪਲੀਜ਼

ਇਹ ਉਸ ਵੇਲੇ ਕੋਈ ਇਹ ਇਹ ਐਸੀ ਇੱਕ ਐਸੀ ਚੀਜ਼ ਕਿ ਫੋਟੇ ਸੁਣਣਾ ਨੇ ਕਹੋ ਕਿ ਜਦੋਂ ਉਹਨਾਂ ਦੇ ਨਾਲ ਚੀਜ਼ ਨਾ ਹੋ ਕਿ ਜੋ ਸ਼ਿਪ ਗਿਆ ਸ਼ਿਪ ਨਹੀਂ ਜਾ ਸਕਿਆ ਗਦਰੀ ਬਾਗਰੇ ਇਥੋਂ ਕਿਹਨਾਂ ਅਗਸਤ ਦੇ ਵਿੱਚ ਪਹਿਲਾ ਮੈਚ ਚੱਲਿਆ 1917 ਦੇ ਵਿੱਚ 1914 ਦੇ ਵਿੱਚ ਜੁਲਾਈ ਦੇ ਵਿੱਚ ਜੁਲਾਈ 1914 ਦੇ ਵਿੱਚ ਵਰਲਡ ਵਾਰ ਸ਼ੁਰੂ ਹੋ ਗਈ ਜਰਮਨ ਦਾ ਹੈਲਪ ਲਿਆ ਉਸ ਸ਼ਿਪ ਦੇ ਵਿੱਚ ਆਰਮ ਰੱਖੇ ਆਰਮ ਜਨੇ ਅਸਲਾ ਨਹੀਂ ਪਹੁੰਚ ਸਕਿਆ ਉਹ ਫੜੇ ਗਏ 5000 ਦੇ ਨੇੜੇ ਤੇੜੇ ਕੁਛ ਚਲੇ ਗਏ ਸੂਰਸ ਪਕੜਨ ਨੂੰ ਦਿੱਤੇ ਗਿਆ ਅੰਡੇ ਮਾਰ ਚਲੇ ਗਏ ਬਚਾਰੇ ਨੂੰ ਬਹੁਤ ਬੜੀ ਲੰਬੀ ਸਟੋਰੀ ਹੈਗੀ ਹੈ ਸਾਖਾ ਸਿੰਘ ਹੋ ਗਿਆ ਲੇਕਿਨ ਖਰਾਨੀ ਦੀ ਗੱਲ ਹੈ ਜੀ ਉਹਨਾਂ ਦੇ ਵਿੱਚ ਸਾਖਾ ਸਿੰਘ ਹੁੰਦੇ ਸੀ ਪਰ ਲੇਕਿਨ ਫਿਰ 20 ਸਾਰੇ ਦੇ ਸਾਰੇ ਤੇਜਾ ਸਿੰਘ ਉਹਨਾਂ ਦੀ এডਿਕੇਸ਼ਨ ਬਾਰੇ ਸਾਰੇ ਬੜੂ ਸਾਫ ਕਰ ਦਿੱਤਾ ਮਤਲਬ ਇਹ ਇਹ ਵੀ ਇੱਕ ਬੜੀ ਜ਼ਬਰਦਸਤ ਸਟੋਰੀ ਹੈਗੀ ਵੀ ਕਿਸ ਤਰ੍ਹਾਂ ਦੇ ਨਾਲ ਉੱਥੇ ਜੰਗਲਾਂ ਦੇ ਵਿੱਚ ਕੰਬੂਆਂ ਦੇ ਵਿੱਚ ਲਾ ਕਿਸ ਤਰ੍ਹਾਂ ਕਰਕੇ ਤੇ ਕਿੱਥੇ ਕਿੱਥੇ ਗੱਲ ਪਹੁੰਚਾਈ ਹੈਗੀ ਹੈ ਇਹਨੂੰ ਕਹਿੰਦੇ ਨੇ ਸਿਦਕ ਦੀ ਗੱਲ ਔਰ ਐਸਵੇਲੇ 126 ਸਕੂਲ कॉल्ड ਤਨੇ ਪੰਜਾਲ ਦੇ ਵਿੱਚ ਬਲੂ ਸਾਉਂਡ ਹੋ ਰਹੀ ਜਿੱਥੇ ਕਿ ਬੱਚੇ ਨੂੰ ਮੂਸਪਰਾ ਹੈ ਇਹਦਾ ਵਿਜ਼ਿਟ ਜਿੰਦੀ ਹੈ ਔਰ ਬਲੂ ਸਾਉਂਡ ਜਾ ਕੇ ਵਿਜ਼ਿਟ ਕਰਕੇ ਦੇਖੋ ਇੱਕ ਇੱਕ ਯੂਨੀਵਰਸਿਟੀ ਬਣੀ ਹੈ ਬਿਲਡਿੰਗਾਂ ਤੇ ਬਣਦੇ ਨੇ ਐਸੇ ਐਸੇ ਯੂਨੋ ਸੋ ਇਸ ਕਰਕੇ ਨਾ ਇਹ ਇਹ ਨੇ ਚੀਜ਼ਾਂ ਨੇ और यही एक, एक चीज मैं कह सदा कि कुदरती तौर पर किसान ने वो चीज कर विखाई है कि आउट ऑफ कास्ट क्रीड रिलीजन बावजूद सब जो तो उपर उठ के हरेकू भाई बना के जाके देखो किस्पैक्ट करता है सब हर इंसान के अंदर एक ऐसी अपलिफ्टिंग पैदा हुई है हरेक इंसान तो उठ के एक दूजे प्यार कर है एक दूसरे प्यार कर है पहला पाठ फिर मस्जिद फिर मंदिर दिखा सब कहते हैं ऐसे बंदे कड़ दिखाए किसाना ने ਥੋੜੇ ਚਿਰ ਦੇ ਵਿੱਚ ਇਨਸਾਨੀਤ ਬਣਾ ਕੇ ਦਿਖਾਤੇ ਨਾ ਹਾਰਵਰਡ ਨਾ ਯੇਲ ਯੂਨੀਵਰਸਿਟੀ ਇੰਨੇ ਸਚੇਤ ਇਸੇ ਬੰਦੇ ਪੜਾ ਕਰ ਸਕਦੇ ਆ ਸਿਰਫ ਕਿਸਾਨ ਯੂਨੀਵਰਸਿਟੀ ਨੇ ਪੜਾ ਕਰਕੇ ਦਿਖਾਇਆ ਹੈ ਗੁਰੂ ਸਾਹਮਣੇ ਸੰਤ ਜੀ ਦੱਸਿ ਗਨੇ ਇਥੇ ਇਹ ਕਰ ਦਿਖਾਇਆ ਜੀ ਕਿ ਕਿਵੇਂ ਯੂ نو ਅੱਲਾ ਬਖਸ਼ ਯੂ ਬਖਸ਼ ਨੇ ਕਿਦਾਂ ਸੋਂਸੇਂ ਪਕੜਾਣੇ ਕਿਵੇਂ ਸ਼ੇਰ ਮੂੰਹ ਗਰਜੇ ਸੀ ਜਦੋਂ ਉੱਥੇ ਜਾਓ ਅਸੀਂ ਇਜ਼ਹਦ ਕਰਉਣਾ ਸੀ ਮਰ ਜਾ ਮਾਰ ਜਾ ਗਣੀਆਂ ਪਰ ਸਭ ਇਕੱਠੇ ਇਕੱਠੇ ਕਰਕੇ ਨਾ ਚੂਸ ਚਾਰ ਦਾ ਕਰਕੇ ਉਹੀ ਚੀਜ਼ ਅੱਜ मुड़ के ये दिखाई हैगी है कि अपना तून च अपने प्यार किसान यूनिवर्सिटी ने एक तरह न करके दिखाता एक ओ जी चीज उठ की उन्होंने काश के असी इतों किसान यूनिवर्सिटी तो भी लैसन लीए ले। तो संत तेजा सिंह भी लैसन लीए ले। असी सही मेहनत जिंदगी का असल सवाल मान सकी बजाय देखिए आप जी खिजिए खिजे एदा दी ਸਲਾਂ ਦੇ ਵਿੱਚ ਆਪ ਦੀ ਕਰਤਬਾ ਦਾ ਜੀ ਮੇਰਾ ਤਾਂ ਇਹ ਨਹੀਂ ਤੁਚ ਮੈਂ ਬੋਲੋ ਚੁਕੇ ਮਾਫ ਕਰਨਾ ਪੂਸਦਾ ਮੈਂ ਆਪਣਾ ਜੋਸ਼ ਕਿਹਾ ਗਿਆ ਹੂੰ ਗੱਲ ਬਹੁਤ ਕਰਨੀ ਹੈਗੀਆ ਪਰ ਬੇਟੇ ਜੀ ਮੈਂ ਸਾਰਿਆਂ ਤੋਂ ਮਾਫ ਚਾਉਣਾ ਜੇ ਕੋਈ ਕੱਟਪੱਟ ਗੱਲ ਹੋਈ ਹੈ ਵੀ ਡਾਕਟਰ ਸਾਹਿਬ ਡਾਕਟਰ ਸਾਹਿਬ ਆਮ ਇਥੇ ਮੈਂ ਆਪਣੇ ਵੱਲੋਂ ਸਾਡੀ ਟੀਮ ਵੱਲੋਂ ਤੇ ਆਫ ਕੋਰਸ ਵਿਊਰਸ ਵੱਲੋਂ ਸਿਰਫ ਤਾਂ ਸਿਰਫ ਇਹ ਕਹਿਣਾ ਚਾਹਨੀ ਹੈ ਥੈਂਕ ਯੂ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਨਾ ਕਿ ਸਿਰਫ ਉਹ ਫੈਕਟਸ ਹਿਸਟੋਰੀਕਲ ਰਿਕਾਰਡਸ ਸ਼ੇਅਰ ਕੀਤੇ ਬਟ ਉਹਨਾਂ ਦੇ ਪਿੱਛੇ ਜੋ ਕਹਾਣੀ ਹੈਗੀ ਜੋ ਕੰਟੈਕਸਟ ਹੈ ਉਹ ਵੀ ਸਾਨੂੰ ਦੱਸਿਆ ਅਪਰੀਸ਼ੀਏਟ ਥੈਟ ਐਂਡ ਇਸ ਇਤਿਹਾਸ ਨੂੰ ਜਾਣ ਕੇ ਆਮ ਸਾਡੇ ਸਾਰਿਆਂ ਦੇ ਵਿੱਚ ਜੋ ਅੱਜ ਦੀ ਕਰੰਟ ਸਿਚੁਏਸ਼ਨ ਹੈਗੀ ਉਹਦੇ ਬਾਰੇ ਜੋ ਸਵਾਲ ਤੁਸੀਂ ਉਠਾਇਆ ਹੈ ਆਮ invaluable thank you so much ekbar if dr sukhmandir singh ji california ton sadnal jure thank you for taking the time uh, dr saab zarur tusi wapis aake is mudde te hor vakkh mudde ate sadnal juro but aaj lay satje kal vaikri ji ka khalsa vaikri ji ka khalsa vaikri ji ki khate ji ji um e sada program sant teja singh ji di um recognition de vich siga jis tarah ਬ੍ਰਿਟਿਸ਼ ਕਲੰਬੀਆ ਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਅੱਜ ਦਾ ਦਿਹਾੜਾ ਜੁਲਾਈ 1 ਅਫੀਸ਼ੀਅਲ ਤੌਰ ਤੇ ਡਿਕਲੇਅਰ ਕਰਤਾ ਹੈ ਸੰਤ ਤੇਜਾ ਸਿੰਘ ਜੀ ਡੇ ਤੇ ਇਹ ਬਿਲਕੁਲ ਸਾਡੇ ਵੱਲੋਂ ਵੀ ਫਰਜ਼ ਬੰਦਾ ਸੀ ਕਿ ਇਸ ਮੁੱਦੇ ਨੂੰ ਚੱਕ ਕੇ ਥੋੜੀ ਜੀ ਇਹਦੇ ਬਾਰੇ ਗੱਲ ਕੀਤੀ ਜਾਏ ਇਹਦੇ ਬਾਰੇ ਹੋਰ ਅਗਰ ਤੁਸੀਂ ਸੁਣਨਾ ਚਾਹੋਗੇ ਜਰੂਰ ਸਾਨੂੰ ਲਿਖੋ ਅੱਜ ਦੇ ਪ੍ਰੋਗਰਾਮ ਬਾਰੇ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਉਹ ਵੀ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com aashmita@justbroadcasting.com ਹੁਣ ਸਾਨੂੰ ਦਿਓ ਇਜਾਜ਼ਤ Sat Sri